ਐਵੇਂ ਕਿਸੇ ਚੰਦਰੇ ਨੇ ਨਜ਼ਰ ਲਗਾਈ, ਐਵੇਂ ਕਿਸੇ ਚੰਦਰੇ ਨੇ ਨਜ਼ਰ ਲਗਾਈ, ਬੜੀ ਭਾਰੀ ਹਾਏ ਮੈਨੂੰ ਕਿੱਥੋਂ ਨਾ ਥੇ ਆਈ, ਬੜੀ ਭਾਰੀ ਨੱਥ ਮੈਨੂੰ ਕਿਤੋਂ ਨਾ ਥੇ ਆਈ, ਫੁੱਲ ਵਾਂਗੂ ਵਿੱਚੋਂ ਵਿੱਚ ਜਾਵਾਂ ਮੋਰੇ ਜਾਈ, ਫੁੱਲ ਵਾਂਗੂ ਵਿੱਚੋਂ ਵਿੱਚ ਜਾਵਾਂ ਮੋਰੇ ਜਾਈ, ਹੁਣ ਲਾਵਾਂ ਕਿਹੜਾ ਬਹਾਨਾ, ਇੱਥੇ ਮੇਰੀ ਨੱਥ ਡਿੱਗ ਪਈ, ਹੋ ਇੱਥੇ ਮੇਰੀ ਨੱਥ ਡਿੱਗ ਪਈ, ਨੌਕੇ ਚੱਕੀ ਜਵਾਨਾਂ ਵੇ ਇੱਥੇ ਮੇਰੀ ਨੱਥ ਡਿੱਗ ਪਈ, ਨੌਕੇ ਚੱਕੀ ਜਵਾਨਾਂ ਵੇ ਇੱਥੇ ਮੇਰੀ ਨੱਥ ਡਿੱਗ ਪਈ, ਜੀ ਹਾਂ ਇੱਥੇ ਮੇਰੀ ਨੱਥ ਡਿੱਗ ਪਈ, ਇੱਥੇ ਹੀ ਮੇਰਾ ਲੌਂਗ ਡਿੱਗ ਪਿਆ, ਇੱਥੇ ਹੀ ਮੇਰਾ ਕੋਕਾ ਡਿੱਗ ਪਿਆ। ਕਾਂਛੀ ਟੀਵੀ ਨਾਲ ਜੁੜ ਬੈਠੇ ਜਿੰਨੇ ਵੀ ਸਾਡੇ ਦਰਸ਼ਕ ਹਨ, UK, ਯੂਰਪ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਇੰਤਜ਼ਾਰ ਕਰ ਰਹੇ ਸਨ ਪ੍ਰੋਗਰਾਮ ਆਪਣੇ ਵਿਚਾਰ ਕਾਂਛੀ ਟੀਵੀ ਦੇ ਜ਼ਰੀਏ, ਉਹਨਾਂ ਦੇ ਇੰਤਜ਼ਾਰ ਦੀਆਂ ਘੜੀਆਂ ਹੋਈਆਂ ਨੇ ਖਤਮ, ਔਰ ਸਾਡੇ ਇੰਤਜ਼ਾਰ ਦੀਆਂ ਘੜੀਆਂ ਵੀ ਅੱਜ ਖਤਮ। ਤੋ ਉਮੀਦ ਬਹੁਤ ਹੈ ਕਿ ਅੱਜ ਸਾਡੇ ਕੂਲਰਾਂ ਦੇ ਨਾਲ ਫਿਰ ਵਿਚਾਰ ਹੋਣ ਜਾ ਰਹੇ ਨੇ ਸਾਡੇ। ਸੋ ਸਭ ਤੋਂ ਪਹਿਲਾਂ ਮੈਂ ਰੂਪ ਸਮਰਾਏ ਔਰ ਮੇਰੇ ਵੀਰ ਬਲਬੀਰ ਕੈਂਚੀ ਔਰ ਸਟੂਡੀਓ ਦੇ ਵਿੱਚ ਅਫਕੋਰਸ ਸਾਡੇ ਵੀਰ ਦ ਵਨ ਐਂਡ ਓਨਲੀ ਵਿਜੇ ਮੋਮੀ ਜੀ ਔਰ ਕਾਂਛੀ ਟੀਵੀ ਦੀ ਮੈਨੇਜਮੈਂਟ, ਸਾਡੇ ਸਾਰਿਆਂ ਵੱਲੋਂ ਜਿੰਨੇ ਵੀ ਕਾਂਛੀ ਟੀਵੀ ਨੇ ਇਸ ਵਕਤ ਜੁੜ ਬੈਠੇ ਨੇ ਉਹਨਾਂ ਨੂੰ ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਬਾਲਮੀਕ, ਸਲਾਮ, ਨਮਸਤੇ, ਆਦਾਬ ਔਰ ਸਤਿ ਸ਼੍ਰੀ ਅਕਾਲ ਜੀ। ਸੋ ਜੋ ਵੀ ਸਾਡੇ ਅੱਜ ਦਰਸ਼ਕ ਕਾਂਛੀ ਟੀਵੀ ਨਾਲ ਜੁੜੇ ਨੇ ਉਹਨਾਂ ਦਾ ਕਾਂਛੀ ਟੀਵੀ ਦੇ ਵਿਹੜੇ ਦੇ ਵਿੱਚ ਵੈਲਕਮ ਹੈ, ਔਰ ਹਰ ਹਫ਼ਤੇ ਦੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਲੈ ਕੇ ਆਈਦਾ ਹੈ ਕੋਈ ਨਾ ਕੋਈ ਵੱਖਰਾ ਵਿਸ਼ਾ, ਤੋ ਇਸ ਹਫ਼ਤੇ ਦਾ ਜੋ ਸਾਡਾ ਅੱਜ ਦਾ ਵੱਖਰਾ ਵਿਸ਼ਾ ਹੈ ਉਹ ਹੈ ਲੌਂਗ, ਨੱਥ ਅਤੇ ਕੋਕਾ। ਇਹ ਤਿੰਨਾਂ ਦੇ ਸੰਬੰਧ ਜਿਹੜੇ ਆ ਉਹ ਖਾਸ ਕਰਕੇ ਲੇਡੀਜ਼ ਦੇ ਨੱਕ ਦੇ ਨਾਲ ਹੈ। ਲੌਂਗ ਤੁਹਾਨੂੰ ਪਤਾ ਕਿ ਜਿਹਦੇ ਵਿੱਚ ਨੱਕ ਚੜਿਆ ਹੁੰਦਾ ਦੂਰੋਂ ਹੀ ਚਮਕਾਰਾਂ ਪੈਂਦੀਆਂ ਹੈ। ਨੱਥ ਹੈ ਜਿਹੜੀ ਲੇਡੀਜ਼ ਨੇ ਵਿਆਹ ਸ਼ਾਦੀਆਂ ਦੇ ਕੀ, ਜੇ ਆਪਾਂ ਹੋਰ ਵੀ ਕਈਆਂ ਸਟੇਟਾਂ ਦੇਖੀਏ ਤਾਂ ਉਹਨਾਂ ਨੇ ਪਾਈ ਹੁੰਦੀ ਹੈ। ਹਿਮਾਚਲ ਦੇ ਵਿੱਚ ਸਮਾਜ ਸਾਹਿਬ, ਹਾਂਜੀ, ਰਿਵਾਜ਼ ਹੀ ਆ ਜਦੋਂ ਲੜਕੀ ਦਾ ਵਿਆਹ ਹੁੰਦਾ ਉਹ ਸਦਾ ਪਾਉਂਦੇ ਨਹੀਂ, ਅੱਜ ਵੀ ਆਪਾਂ ਦੇਖੀਏ ਜੇ ਹੈ ਨਾ ਹਾਲੇ ਵੀ ਰਿਵਾਜ਼ ਚੱਲਦਾ। ਹਾਂਜੀ ਉਹ ਤਾਂ ਨਹੀਂ, ਪਰ ਜਿੱਦਾਂ ਵਿਆਹ ਦੀ ਤੁਸੀਂ ਗੱਲ ਕਰ ਰਹੇ ਹੋ ਨਾ, ਵਿਆਹ ਦਾ ਅੱਜ ਇੱਥੇ ਵੀ ਆਪਣੇ ਜਿਹੜੀਆਂ ਲੇਡੀਜ਼ ਹੈ ਯੰਗ ਸ਼ੁਰੂ ਕੁੜੀਆਂ ਜੋ ਸ਼ੁਰੂ ਕਰਦੀਆਂ ਵਿਆਹ ਸ਼ਾਦੀ ਹੈ ਤਕਰੀਬਨ ਨੱਥ ਪਾਈ ਹੁੰਦੀ ਹੈ, ਹੈ ਨਾ। ਤੋ ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਹੈ ਲੌਂਗ, ਨੱਥ, ਕੋਕਾ। ਅਤੇ ਸਾਡੇ ਜੋ ਸਟੂਡੀਓ ਦਾ ਨੰਬਰ ਹੈ ਉਹ ਹੈ 03-00-770-22-46। ਚੱਕ ਲਓ ਫੋਨ, ਘੁਮਾ ਦਿਓ ਨੰਬਰ ਔਰ ਚਲੇ ਆਓ ਕਾਂਛੀ ਟੀਵੀ ਦੇ ਵਿਹੜੇ ਅੰਦਰ, ਕਿਉਂਕਿ ਅਸੀਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਪ੍ਰੋਗਰਾਮ ਆਪਣੇ ਵਿਚਾਰ। ਔਰ ਸਾਡੇ ਆਪਣੇ ਵਿਚਾਰ ਪ੍ਰੋਗਰਾਮ ਦਾ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਮੈਂ ਤੁਹਾਨੂੰ ਦੱਸ ਹੀ ਚੁੱਕਾ ਹਾਂ ਕਿ ਲੌਂਗ, ਨੱਥ, ਕੋਕਾ। ਅਤੇ ਤੁਹਾਡੇ ਕੀ ਵਿਚਾਰ ਨੇ ਇਹ ਅੱਜ ਆਪਾਂ ਤੁਹਾਡੇ ਸਾਰੇ ਕੋਲਰਾਂ ਦੇ ਵਿਚਾਰਾਂ ਰਾਹੀਂ ਸੁਣਨੇ ਨੇ।
ਕਿ ਤੁਹਾਡੇ ਕੀ ਵਿਚਾਰ ਨੇ। ਅਤੇ ਕੈਂਸ ਜੀ, ਅੱਜ ਆਪਾਂ ਗੱਲ ਕਰ ਰਹੇ ਹਾਂ ਜੀ ਲੌਂਗ ਦੀ, ਨੱਥ ਦੀ ਔਰ ਕੋਕੇ ਦੀ। ਦੇਖੋ ਜੀ, ਇਹ ਲੇਡੀਜ਼ ਨੂੰ ਬਹੁਤ ਚਾਅ ਹੁੰਦਾ ਲੌਂਗ ਪਾਉਣ ਦਾ ਜਾਂ ਨੱਥ ਜਾਂ ਕੋਕਾ। ਤੋ ਇਸ ਦੇ ਨਾਲ ਹੀ ਅੱਜ ਸਾਡੇ ਪਹਿਲੇ ਕੋਲਰ ਆਏ ਨੇ, ਸੋ ਦੇਖਦੇ ਹਾਂ ਕਿ ਉਹ ਕੀ ਵਿਚਾਰ ਲੈ ਕੇ ਆਏ ਹਨ ਲੌਂਗ 'ਤੇ, ਨੱਥ 'ਤੇ ਜਾਂ ਕੋਕੇ 'ਤੇ। ਕੋਲੋ ਵੀ ਹੈਲੋ ਜੀ, ਜੈਗ ਦੇ ਕੰਮ ਤੱਕ ਤੋਂ ਬੋਲਦੇ ਜੀ। ਹੈਲੋ ਜੀ, ਜਗਦੇਵ ਭਾਜੀ। ਧੰਨ ਗੁਰਦੇਵ ਜੀ, ਧੰਨ ਗੁਰਦੇਵ ਜੀ। ਕੌਣ ਬੋਲਦੇ ਬੀਬੀ ਜੀ? ਲੰਡਨ ਤੋਂ। ਵਾਹ ਜੀ ਵਾਹ ਜੀ। ਹਾਂਜੀ ਹਾਂਜੀ, ਮੈਂ ਤਾਂ ਸੌਂਗ ਤੇ ਗਾਣਾ ਸਮਝ ਪਰ ਚੰਗਾ ਲੱਗਦਾ ਜੀ। ਚਲੋ ਕੋਈ ਨਾ, ਕੋਸ਼ਿਸ਼ ਕਰਾਂਗੀ ਜੀ। ਲੌਂਗ ਦਾ ਧੰਨ ਗੁਰਦੇਵ ਬੀਬੀ ਜੀ, ਕਿਆ ਬਾਤ ਹੈ। ਬੜੀ ਮਸ਼ਹੂਰ ਫਿਲਮ ਹੋਈ ਸੀਗੀ ਇਹ, ਜਿਸ ਫਿਲਮ ਦਾ ਗੀਤ ਹੈ ਸਾਡੇ ਬੀਬੀ ਜੀ ਕੋ ਜੀ ਸੁਣਾ ਕੇ ਗਏ ਨੇ, ਲੌਂਗ ਦਾ ਲਿਸ਼ਕਾਰ ਆ ਮਾਏ ਨੀ ਮਾਏ ਮੈਨੂੰ ਲੌਂਗੜਾ ਅਤੇ ਜਿਹਦਾ ਚੰਨ ਵਰਗਾ ਚਮਕਾਰ ਆ। ਕਿਉਂਕਿ ਤੁਹਾਨੂੰ ਪਤਾ ਕਿ ਉਹ ਜਿਹੜਾ ਲੌਂਗ ਹੁੰਦਾ ਨਾ, ਉਹਦੇ ਵਿੱਚ ਇੱਕ ਮੋਤੀ ਹੀਰਾ ਜੜਿਆ ਹੁੰਦਾ, ਜਿਹਦੀਆਂ ਜਾਣੀ ਕਿ ਚਮਕਾਰਾਂ ਦੂਰੋਂ ਹੀ ਪੈਂਦੀਆਂ ਹੁੰਦੀਆਂ। ਹਾਂਜੀ ਬਸ ਇਹ ਸੀ। ਚਲੋ ਬਹੁਤ ਬਹੁਤ ਧੰਨਵਾਦ ਕਰਦੇ ਸਾਡੇ ਬੀਬੀ ਜਗੀਰ ਕੌਰ ਜੀ ਹੋਰਾਂ ਦਾ, ਜੋ ਕਿ ਗੀਤ ਸੁਣਾ ਕੇ ਗਏ ਨੇ ਲੌਂਗ ਦਾ ਲਿਸ਼ਕਾਰਾ। ਔਰ ਮੈਂ ਮੋਮੀ ਜੀ ਵੀਰ ਜੀ, ਇਹ ਸਾਡੇ ਸਪੀਕਰ ਦੀ ਥੋੜ੍ਹੀ ਜਿਹੀ ਆਵਾਜ਼ ਸਮਝ ਨਹੀਂ ਆ ਰਹੀ, ਥੋੜ੍ਹਾ ਜਿਹਾ ਦਿੱਕ ਅਤੇ ਇਸ ਦੇ ਨਾਲ ਹੀ ਚਲੋ ਠੀਕ ਹੈ ਜੀ। ਅਤੇ ਅਗਲੀ ਕੌਲ ਲਓ ਜੀ। ਹੈਲੋ ਜੀ, ਜੈ ਗੁਰਦੇਵ ਕੌਰ ਤੋਂ ਕਿੱਥੋਂ ਬੋਲਦੇ ਜੀ? ਜੈ ਗੁਰਦੇਵ ਜੀ, ਬਲਵੀਰ ਬੋਲਦਾ ਭਜੰਗੀ। ਆਓ ਜੀ ਆਓ ਜੀ, ਵਾਹ 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 ਜੀ। 1 and 1 2 ਮੈਂ ਕਿਹਾ ਸਵੇਰੇ ਸਵੇਰੇ ਫੜੀਏ ਉਹਨਾਂ ਨੂੰ, ਫਿਰ ਦੌੜ ਜਾਂਦੇ ਬਾਹਰ, ਫਿਰ ਹੱਥ ਨਹੀਂ ਆਉਂਦੇ। ਵਧਾਈਆਂ 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 ਸਾਡੇ ਯਾਰ ਨੂੰ,
ਵਧਾਈਆਂ 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 ਸਾਡੇ ਯਾਰ ਨੂੰ। ਕਿਉਂ ਵਧਾਈਆਂ ਦੇ ਰਹੇ ਹਾਂ? ਕਿਉਂਕਿ ਸਾਡੇ ਵੀਰ ਦਾ ਨਵਾਂ ਗੀਤ ਆਇਆ। ਥੈਂਕ ਯੂ। ਹਾਂਜੀ, ਸੋ ਨਵੇਂ ਗੀਤ ਦੀਆਂ ਪਹਿਲਾਂ ਵੀਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜੀ। ਤੇ ਨਾਲੇ ਖੁਸ਼ਖਬਰੀ ਦੀ ਇਹ ਗੱਲ ਆ ਕਿ ਅਗਲੇ ਹਫ਼ਤੇ ਤੋਂ, ਮਤਲਬ ਕੱਲ੍ਹ ਤੋਂ ਹੀ ਕੰਸ਼ ਟੀ ਵੀ ਉੱਤੇ ਗੀਤ ਸਾਡਾ ਲੱਗਣਾ ਸ਼ੁਰੂ ਹੋ ਜਾਣਾ। ਪੂਰਾ ਮਹੀਨਾ ਚੱਲੂਗਾ ਤੇ ਤੁਸੀਂ ਆਨੰਦ ਮਾਣੋ ਗੀਤ ਦਾ। ਵਾਹ ਜੀ ਵਾਹ, ਵਾਹ ਜੀ ਵਾਹ, ਆਉਣ ਦਿਓ ਫਿਰ। ਅੱਛਾ ਟੌਪਿਕ ਤੇ ਆਵਾਂ। ਬਹੁਤ ਪੁਰਾਣਾ ਗੀਤ ਆ, ਗੁਲਾਬੋ ਮਾਸੀ ਦਾ ਚੇਤਾ ਆਉਂਦਾ ਹੁੰਦਾ ਗੀਤ ਤੋਂ ਜੀ। ਦੋ ਕੁ ਲੈਣਾ ਸੁਣਾਵਾਂ ਉਹਨਾਂ ਦੀਆਂ ਜੀ। ਇਸ ਤਰ੍ਹਾਂ ਜੀ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਮਾਏ ਨੀ ਮਾਏ ਮੈਨੂੰ ਲੌਂਗ ਕੜਾ ਦੇ, ਲੌਂਗ ਕੜਾ ਦੇ, ਨਗ ਜੜਵਾ ਦੇ, ਨਗ ਜੜਵਾ ਦੇ ਐਸਾ, ਉਹ ਨਗ ਜੜਵਾ ਦੇ ਐਸਾ ਜਿਹਦਾ ਚੰਨ ਵਰਗਾ ਚਮਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਮੇਰਾ ਸੁਨਿਆਰੇ ਘੜਿਆ, ਤੀਲੀ ਦੇ ਵਿੱਚ ਹੀਰਾ ਜੜਿਆ, ਨੱਕ ਵਿੱਚ ਪਾਇਆ ਮਾਹੀਆ ਲੜਿਆ, ਢੋਲ ਮੇਰੇ ਨੂੰ ਗੁੱਸਾ ਚੜਿਆ, ਮਸਾ ਮਸਾ ਕੜਵਾਇਆ ਸੀ ਮੈਂ, ਉਹ ਮਸਾ ਮਸਾ ਕੜਵਾਇਆ ਸੀ ਮੈਂ, ਫੜ ਕੇ ਨੂੰ ਪਿਓ ਧਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਮੇਰੇ ਦੀ ਚਰਚਾ ਸਾਰੇ ਗਲੀ ਮਹੱਲੇ ਸ਼ਹਿਰ ਬਜ਼ਾਰੇ, ਰਾਹੀਆਂ ਨੂੰ ਜਦ ਸੈਨ ਤਾਂ ਮਾਰੇ, ਹੌਕੇ ਪਰਦੇ ਜਾਣ ਵਿਚਾਰੇ, ਮੈਂ ਡਰਦੀ ਨਾ ਪਾਉਂਦੀ, ਮੈਂ ਡਰਦੀ ਨਾ ਪਾਉਂਦੀ, ਗੁੱਸਾ ਢੋਲ ਮੇਰੇ ਦਾ ਪਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਮਾਏ ਨੀ ਮਾਏ ਮੈਨੂੰ ਲੌਂਗ ਕੜਾ ਦੇ, ਲੌਂਗ ਕੜਾ ਦੇ, ਨਗ ਜੜਵਾ ਦੇ, ਨਗ ਜੜਵਾ ਦੇ ਐਸਾ, ਉਹ ਨਗ ਜੜਵਾ ਦੇ ਐਸਾ ਜਿਹਦਾ ਚੰਨ ਵਰਗਾ ਚਮਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ, ਲੌਂਗ ਦਾ ਲਿਸ਼ਕਾਰਾ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਥੈਂਕ ਯੂ ਤੁਹਾਡਾ ਬਲਵੀਰ ਜੀ। ਵੀਰ ਜੀ ਇੱਕ ਮਿੰਟ, ਦੇਖੋ ਜੀ ਅਸੀਂ ਤੁਹਾਨੂੰ ਵਧਾਈਆਂ ਤੇ ਦਿੱਤੀਆਂ ਨਵੇਂ ਗੀਤ ਦੀਆਂ। ਹਾਂਜੀ, ਫਿਰ ਇਹਦੇ ਨਾਲ ਦੋ ਕੁ ਬਹੁਤ ਨਵੇਂ ਗੀਤ ਦੇ ਵੀ ਜਾਣੀ ਹੋ ਜਾਣਾ ਜੀ। ਦਿਲ ਦੇ ਦਰਵਾਜ਼ਿਆਂ ਨੂੰ ਆਹ ਪੌਣ ਖੜਕਾ ਰਿਹਾ, ਸ਼ਾਇਦ ਕੋਈ ਆ ਰਿਹਾ, ਸ਼ਾਇਦ ਕੋਈ ਆ ਰਿਹਾ, ਸ਼ਾਇਦ ਕੋਈ ਆ ਰਿਹਾ, ਸ਼ਾਇਦ ਕੋਈ ਆ ਰਿਹਾ। ਵਾਹ ਬਹੁਤ ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ ਬਲਵੀਰ ਜੀ, ਆਰੋਪ ਜੀ ਬਹੁਤ ਬਹੁਤ ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਵਾਹ ਜੀ ਸਾਡੇ ਬਲਵੀਰ ਪਚੰਗੀ ਜੀ,
ਲੌਂਗ ਦਾ ਲਿਸ਼ਕਾਰਾ ਬੜਾ ਮਸ਼ਹੂਰ ਗੀਤ ਹੈ। ਕਿਆ ਬਾਤ ਚੱਲੇ ਬਹੁਤ ਹਾਂ, ਉਹ ਵੀ ਚੱਲੇ, ਗੀਤ ਵੀ ਬੜਾ ਚੱਲਿਆ ਅਤੇ ਸਾਡੇ ਕਲਾਕਾਰ ਵੀ ਜਿਹੜੇ ਇਹ ਵੀ ਦੇਖ ਲਓ ਜੀ ਉਦੋਂ ਉਦੋਂ ਚੱਕੀ ਜਾਂਦੇ ਨੇ ਕੰਮ ਨੂੰ ਅੱਜ ਵੀ। ਇੱਕ ਤੁਸੀਂ ਨੋਟ ਕੀਤਾ ਇਹਨਾਂ ਦੀ ਆਵਾਜ਼ ਉਦਾਂ ਦੀ ਆ, ਜਾਂਦੇ ਅਸੀਂ ਸੁਣਦੇ ਉੱਦਾਂ ਦੀ ਆਵਾਜ਼ ਉੱਦਾਂ ਹੀ ਆ। ਬਿਲਕੁਲ ਸਹੀ ਗੱਲ ਹੈ ਜੀ, ਚਲੋ ਰੱਬ ਇਹਨਾਂ ਨੂੰ ਰਾਜ਼ੀ ਰੱਖੇ। ਸੋ ਇਹ ਸਾਡੇ ਵੀਰ ਬਲਬੀਰ ਚੰਗੀ ਜੀ ਹੋਣਾ ਦਾ ਜੋ ਨਵਾਂ ਗੀਤ ਆ ਰਿਹਾ ਉਹ ਵੀ ਕੱਲ੍ਹ ਤੋਂ ਕਹਿੰਦੇ ਨੇ ਸ਼ੁਰੂ ਹੋ ਜਾਣਾ ਆਪਣੇ ਕਾਂਸ਼ੀ ਟੀ ਵੀ 'ਤੇ ਜ਼ਰੀਏ। ਸੋ ਜ਼ਰੂਰ ਤੁਸੀਂ ਦੇਖਣਾ ਔਰ ਆਨੰਦ ਮਾਣਨਾ ਔਰ ਜ਼ਰੂਰ ਸਪੋਰਟ ਕਰਨੀ। ਅਤੇ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਅਗਲੀ ਕੋਲ ਵੱਲ ਨੂੰ। ਵੀਰ ਜੀ ਹੈਲੋ ਜੀ, ਜੈਗੇ ਦੇ ਕੌਣ ਤੋਂ ਕਿੱਥੋਂ ਬੋਲਦੇ ਜੀ? ਹਾਂਜੀ ਕੈਸਾ, ਮੈਂ ਪਿਆਲਾ ਪੰਗੜ ਡੂਬ ਜੀ। ਹਾਂਜੀ ਸਰ ਜੀ, ਆਓ ਜੀ। ਤੁਸੀਂ ਲੜਕੀ ਦੇ ਸ਼ਿੰਗਾਰ ਦੀਆਂ ਬਾਤਾਂ ਕਰ ਰਹੇ ਹਾਂ। ਆਹਾਹਾ ਲੌਂਗ, ਕਿਆ ਬਾਤ ਹੈ! ਬੁੱਝ ਗਏ ਜੀ, ਤੁਸੀਂ ਬੁੱਝ ਗਏ। ਮਾਤਾ ਤੁਹਾਨੂੰ ਰਾਜ਼ੀ ਰੱਖੇ ਜੀ। ਅੱਜ ਮੈਂ ਗੀਤ ਗਾ ਕੇ ਸੁਣਾਉਣਾ ਤੁਹਾਨੂੰ। ਆਹਾਹਾ ਲਿਖਿਆ ਹੈ, ਓ ਕੁੜੀ ਓ ਕੁੜੀ ਓ ਕੁੜੀ ਮੇਰੀ ਧੜਕਨ ਜੀ ਦੇ ਸਾਹਾਂ ਸੰਗ ਜੁੜੀ। ਓ ਕੁੜੀ ਸੂਰਜਮੁਖੀ ਦਾ ਫੁੱਲ ਬਣ ਕੇ ਸੀ ਮੇਰੇ ਸਾਹਮਣੇ ਖੜੀ। ਓ ਕੁੜੀ ਓ ਕੁੜੀ ਮੇਰੀ ਧੜਕਨ ਜੀ ਦੇ ਸਾਹਾਂ ਸੰਗ ਜੁੜੀ। ਨੱਕ ਚ ਉਹਨੇ ਕੋਕਾ ਪਾਇਆ, ਨੱਕ ਚ ਉਹਨੇ ਕੋਕਾ ਪਾਇਆ, ਜਾਪੇ ਨੂਰਪੁਰੀ ਹਮਸਾਇਆ, ਜਾਪੇ ਨੂਰਪੁਰੀ ਹਮਸਾਇਆ। ਮੈਂ ਹੱਥ ਵਧਾਇਆ ਉਹਦੇ ਨਜ਼ਦੀਕ ਆਇਆ, ਮਹਿਕ ਕਿਧਰੇ ਹਵਾਵਾਂ ਚ ਅਲੋਪ ਹੋਈ। ਓ ਕੁੜੀ ਓ ਕੁੜੀ ਓ ਕੁੜੀ ਮੇਰੀ ਧੜਕਣ ਜੀ ਦੇ ਸਾਹਾਂ ਸੰਗ ਜੁੜੀ। ਓ ਕੁੜੀ ਹੁਣ ਕਦੇ ਜੁਗ ਨੂੰ ਕਦੇ ਤਿਤਲੀ ਬਣ ਆਵੇ, ਕਦੇ ਖੁਸ਼ਬੋ ਕਦੇ ਚਾਨਣੀ ਮੇਰਾ ਰੇ ਨੇਰ ਰੁਸ਼ਨਾਵੇ। ਉਹਦਾ ਲੌਂਗ ਮਹਿਕਾਂ ਖਿਡਾਵੇ, ਬਦਲ ਸ਼ਕਲਾਂ ਉਹ ਮੈਨੂੰ ਰੂਪ ਜੀ ਖੂਬਸਤਾ ਡਰਾਵੇ। ਵਾਹ ਵਾਹ! ਉਹ ਲੁਕਣ ਮੀਚੀ ਜਿਉਂ ਖੇਡੇ ਕੋਈ, ਮਹਿਕ ਕਿਧਰੇ ਹਵਾਵਾਂ ਚ ਅਲੋਪ ਹੋਈ। ਓ ਕੁੜੀ ਓ ਕੁੜੀ ਮੇਰੀ ਧੜਕਣ ਜੀ ਦੇ ਸਾਹਾਂ ਸੰਗ ਜੁੜੀ। ਓ ਕੁੜੀ ਓ ਕੁੜੀ ਮੇਰਾ ਦਰਦ ਉਹ ਜਾਣੇ ਨਾਹੀਂ। ਉਹਨੂੰ ਕੀ ਪਤਾ ਕਿ ਜੋ ਦੌੜ ਜਾਣ ਤੇ ਮੈਨੂੰ ਕਿੱਦਾਂ ਦੁੱਖ ਹੁੰਦਾ। ਮੇਰਾ ਦਰਦ ਉਹ ਜਾਣੇ ਨਾਹੀਂ, ਮੇਰੀ ਪੀੜ ਪਛਾਣੇ ਨਾਹੀਂ, ਬਿਰਹਾ ਦੇ ਫਲਾਂ ਦੀ ਉਹ ਕਹਾਣੀ ਉਹਦੇ ਲਈ ਹੈ ਬਾਤ ਪੁਰਾਣੀ। ਕਿਨੂੰ ਦੱਸਾਂ ਜੇ ਸੁਣੇ ਨਾ ਕੋਈ, ਮਹਿਕ ਹਵਾਵਾਂ ਚ ਅਲੋਪ ਹੋਈ। ਓ ਕੁੜੀ ਓ ਕੁੜੀ ਮੇਰੀ ਧੜਕਣ ਵਿਦੇਸ਼ਾਂ ਸੰਗ ਜੁੜੀ। ਆ ਮੇਰੀ ਜਿੰਦੜੀ ਛੇਤੀਆਂ ਨਾ ਹੋਰ ਤੜਪਾ ਨਾ ਹੋਰ ਤੜਪਾ, ਤੇਰੇ ਬਾਜੋਂ ਮੇਰਾ ਜਹਾਨ ਸੁਨਾ ਜਿਹਾ ਅੰਧੇਰ ਜਿਹਾ।
ਸੁਣ ਦਰਦੀ ਬਿਤਿਆ ਨੇੜੇ ਹੋ ਕੰਨ ਲਾ ਪਿਆਰੇ ਦੀ ਜਿੰਦ ਅਥਰੂ ਬਣ ਰੋਈ ਮੈਂ ਖਵਾ ਮਾਂ ਚ ਕਿਧਰੇ ਹਲੋ ਹੋਈ ਉਹ ਕੁੜੀ ਮੇਰੀ ਧੜਕਣ ਜੀ ਦੇ ਸਾਹਾਂ ਸੰਗ ਜੁੜੀ ਸੂਰਜਮੁਖੀ ਦਾ ਫੁੱਲ ਬਣ ਕੇ ਸੀ ਮੇਰੇ ਸਾਹਮਣੇ ਖੜੀ ਸਾਹਮਣੇ ਖੜੀ ਉਹ ਕੁੜੀ ਉਹ ਕੁੜੀ ਉਹ ਕੁੜੀ ਓ ਕੁੜੀ ਓ ਕੁੜੀ ਓ ਕੁੜੀ ਓ ਕੁੜੀ ਓ ਕੁੜੀ ਵਾਹ ਜੀ ਵਾਹ ਜੀ ਬਹੁਤ ਬਹੁਤ ਧੰਨਵਾਦ ਸਰ ਜੀ ਕਿਆ ਬਾਤ ਹੈ ਦੇਖੋ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪਿਆਰੇ ਲਾਲ ਬੰਗਰ ਜੀ ਜਿਹਨਾਂ ਨੂੰ ਤੁਸੀਂ ਕਾਸ਼ੀ ਟੀ ਵੀ ਜ਼ਰੀਏ ਦੇਖਦੇ ਵੀ ਉਹਨਾਂ ਦੇ ਪ੍ਰੋਗਰਾਮ ਵੀ ਬਹੁਤ ਵਧੀਆ ਹੁੰਦੇ ਨੇ ਪਰ ਦੇਖੋ ਜੀ ਹੁਣ ਇਹਨਾਂ ਨੂੰ ਇੱਕ ਵਾਰੀ ਅਸੀਂ ਰਿਕੁਐਸਟ ਕੀਤੀ ਸੀ ਕਿ ਗਾ ਕੇ ਸੁਣਾਇਓ ਪਰ ਸਾਡੀ ਰਿਕੁਐਸਟ ਇਹਨਾਂ ਨੇ ਮੰਨ ਲਈ ਔਰ ਹੁਣ ਆਉਂਦੇ ਨੇ ਦੇਖੋ ਜੀ ਗਾ ਕੇ ਸੁਣਾਉਂਦੇ ਨੇ ਕਿਆ ਬਾਤ ਹੈ ਬਹੁਤ ਬਹੁਤ ਧੰਨਵਾਦ ਜੀ ਇੱਕ ਕੁੜੀ ਨੌ ਗੀਤ ਦਾ ਅਤੇ ਇਸ ਦੇ ਨਾਲ ਆਪਾਂ ਚੱਲਦੇ ਹਾਂ ਅਗਲੇ ਕੂਲਰ ਵੱਲ ਹੈਲੋ ਜੀ ਜੈਗਰ ਦੇ ਕੌਣ ਤੱਕ ਬੋਲ ਰਹੇ ਜੀ ਹਾਂਜੀ ਬਲਵੀਰ ਜੀ ਤੁਹਾਨੂੰ ਰੂਪ ਜੀ ਤੁਹਾਨੂੰ ਮੋਮੀ ਸਾਹਿਬ ਨੂੰ ਤੁਹਾਡੇ ਸਾਰੇ ਸਟਾਫ ਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੁੱਗਲ ਵੱਲੋਂ ਅਦਾਬ ਨਮਸਕਾਰ ਸਤਿ ਸ਼੍ਰੀ ਅਕਾਲ ਜੈ ਗੁਰਦੇਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹ ਜੀ ਵਾਹ ਰੂਪ ਜੀ ਤੁਸੀਂ ਅੱਜ ਰੱਖਿਆ ਹੈਗਾ ਵੀ ਕੰਨ ਵੀ ਨੱਕ ਦੇ ਵਿੱਚ ਕੀ ਕੁਝ ਪੈਂਦਾ ਜੀ ਕੋਕਾ ਪੈਂਦਾ ਆ ਲੌਂਗ ਪੈਂਦਾ ਆ ਅਤੇ ਤੁਸੀਂ ਨੱਥ ਪੈਂਦੀ ਆ ਜੀ ਤੁਸੀਂ ਤਿੰਨ ਚੀਜ਼ਾਂ ਦੱਸੀਆਂ ਇੱਕ ਚੌਥੀ ਚੀਜ਼ ਪੈਂਦੀ ਆ ਉਹ ਤੁਸੀਂ ਨਹੀਂ ਦੱਸੀ ਉਹ ਅਸੀਂ ਸਾਨੂੰ ਪਤਾ ਜੀ ਤੁਸੀਂ ਸੁਣਾਉਣੀ ਹੈ ਜੀ ਸਾਨੂੰ ਪਤਾ ਸੀ ਕਿ ਉਹ ਚੌਥੀ ਚੀਜ਼ ਜਿਹੜੀ ਉਹ ਤੁਹਾਡੇ ਕੋਲ ਆ ਉਹ ਮੈਂ ਤੁਹਾਨੂੰ ਸੁਣਾਊਂਗਾ ਵੀ ਇੱਕ ਚੌਥੀ ਚੀਜ਼ ਵੀ ਪੈਂਦੀ ਨੱਕ 'ਚ ਜੀ ਮੈਂ ਆਹ ਦੋ ਚਾਰ ਕਲੈਨਾ ਬੋਲ ਕੇ ਅਤੇ ਉਹ ਤੋਂ ਬਾਅਦ ਫਿਰ ਮੈਨੂੰ ਦੱਸੂਗਾ ਉਹ ਚੌਥੀ ਚੀਜ਼ ਕਿਹੜੀ ਆ ਜਿਹੜੀ ਰਹਿ ਗਈ ਅੱਜ ਠੀਕ ਆ ਜੀ ਅਤੇ ਪਹਿਲਾਂ ਮੈਂ ਉਹ ਚਾਰ ਕਲੈਨਾ ਵੀ ਕਈਆਂ ਕਿਸਮਾਂ ਦੇ ਵੇਖਣ ਨੂੰ ਮਿਲਣ ਟਿੱਕੇ ਆਹਾ ਧਰਮੀ ਪੁਰਸ਼ ਵੀ ਮੱਥੇ ਲਗਾਏ ਟਿੱਕਾ ਆਹਾ ਹਾਰ ਸ਼ਿੰਗਾਰ ਵਿੱਚ ਵਾਹਵਾ ਕਰੇ ਵਾਧਾ ਜਦੋਂ ਮੱਥੇ 'ਤੇ ਔਰਤ ਲਟਕਾਏ ਟਿੱਕਾ ਵਾਹ ਜੀ ਵਾਹ ਬਈ ਨੱਕ 'ਚ ਕੋਕਾ ਅੱਜ ਨੱਕ 'ਤੇ ਗੱਲ ਹੋ ਰਹੀ ਹੈ ਨਾ ਜੀ ਨੱਕ 'ਚ ਕੋਕਾ ਕੰਨੀ ਕਾਂਟੇ ਤੇ ਗਲ ਹਾਰ ਹੋਵੇ ਕਰਨਾ ਪੈਂਦਾ ਹੈ ਔਰਤ ਨੂੰ ਕੰਮ ਖਾਸਾ ਸੋਹਣੇ ਵਾਲ ਵਾਹ ਕੇ ਕੱਢੇ ਫੁੱਲ ਚਿੜੀਆਂ ਕਦੇ ਸੂਈਆਂ ਤੇ ਕਦੇ ਲਾਏ ਪਾਸਾ ਬਈ ਸੁੰਦਰ ਛਾਪ ਦੇ ਨਾਲ ਸੋਹਣੇ ਹੋਣ ਗਜਰੇ ਵਾਹ ਵਾਹ ਸੁੰਦਰ ਛਾਪ ਦੇ ਨਾਲ ਸੋਹਣੇ ਹੋਣ ਗਜਰੇ ਕੂਹਣੀਆਂ ਤਾਈ ਹੋਣ ਵੰਗਾਂ ਤਾਂ ਗੱਲ ਬਣਦੀ ਕੋਈ ਲਾਲ ਪਰਾਂਦੇ ਦਾ ਆਪਣਾ ਥਾਂ ਭੋਗਲ ਬਿੰਦੀ ਸੁਰਖੀ ਲੱਗੀ ਹੋਵੇ ਤਾਂ ਗੱਲ ਬਣਦੀ ਰੂਪ ਜੀ ਬਿੰਦੀ ਸੁਰਖੀ ਲੱਗੀ ਹੋਵੇ ਤਾਂ ਗੱਲ ਬਣਦੀ ਇਹ 16 ਸ਼ਿੰਗਾਰ ਨੇ ਜਿਹੜੇ ਅੱਜ ਆਪਾਂ ਨੱਕ ਦੀ ਗੱਲ ਕਰਦੇ ਹਾਂ ਉਹ ਤੇ ਫੋਕਸ ਰਹੀਏ ਤਿੰਨ ਚੀਜ਼ਾਂ ਜਿਹੜੀ ਤੁਸੀਂ ਦੱਸੀਆਂ ਗਾਣੇ ਵੀ ਬੀਬੀ ਵੀ ਦੱਸ ਗਏ ਲੌਂਗ ਦਾ ਲਿਸ਼ਕਾਰਾ ਇਹ ਤਿੰਨ ਚੀਜ਼ਾਂ ਜਦੋਂ ਨੱਕ 'ਚ ਪੈਂਦੀਆਂ ਨੇ ਪੈਂਦੀਆਂ ਵੀ ਨੱਕ ਵੀ ਬਹੁਤ ਉੱਚਾ ਹੋ ਜਾਂਦਾ
ਜਿੱਦਾਂ ਬੰਦੇ ਕੋਲ ਜਿੱਦਾਂ ਜਿੱਦਾਂ ਪੈਸਾ ਆ ਜਾਂਦਾ ਉਹਦਾ ਵੀ ਅਹੰਕਾਰ ਵੱਧ ਜਾਂਦਾ। ਬਿਲਕੁਲ ਸਹੀ ਗੱਲ ਜੀ। ਉਹ ਵੀ ਮਾੜੇ ਝੀੜੇ ਬੰਦੇ ਵੱਲ ਹੋਰ ਤਰ੍ਹਾਂ ਦੇਖਦਾ ਜਦੋਂ ਚਾਰ ਪੈਸੇ ਆ ਜਾਂਦੇ ਆ। ਇੱਦਾਂ ਹੀ ਨੱਕ ਵਾ, ਨੱਕ ਦੇ ਵਿੱਚ ਕੋਕਾ ਤੇ ਆ ਲੌਂਗ ਤੇ ਨੱਥ ਪਤਾ ਨੀ ਕੀ ਕੁਛ ਪੈਂਦਾ, ਪਰ ਜਦੋਂ ਉਹਦਾ ਨੱਕ ਇੰਨਾ ਵੱਡਾ ਹੋ ਜਾਂਦਾ ਉਹਦੇ ਵਿੱਚ ਜਿਹੜੀ ਚੀਜ਼ ਪਾਉਣੀ ਪੈਂਦੀ ਆ ਨਾ ਚੌਥੀ, ਉਹਨੂੰ ਆਪਾਂ ਕਹਿੰਦੇ ਆ ਨਕੇਲ ਪਾਉਣੀ ਨੱਕ ਚ। ਨਕੇਲ ਪਾਈ ਦੀ ਜਦੋਂ ਬੰਦਾ ਬੇਕਾਬੂ ਹੋ ਜਾਏ। ਵਾਹ ਜੀ ਵਾਹ। ਕਾਬੂ ਹੋ ਜਾਏ ਉਹ ਚ ਨਕੇਲ ਦੇਖੋ ਜੀ ਮੈਂ ਸਰ ਜੀ ਇਸੇ ਕਰਕੇ ਮੈਂਸ਼ਨ ਨਹੀਂ ਕੀਤੀ ਸੀ ਇਹ ਚੀਜ਼, ਮੈਂ ਕਿਹਾ ਜਿਹੜੀ ਤੁਹਾਡੇ ਮੂੰਹੋਂ ਸੁਣਨੀ ਹੈ ਨਾ ਉਹ ਕੁਝ ਹੋਰ ਚੀਜ਼ ਹੈ। ਔਖਾ ਹੋ ਜਾਣਾ ਕੰਮ। ਉਹਦੇ ਨੱਕ ਨੂੰ ਪਾਓ ਨਕੇਲ ਕਿਹੜਾ, ਉਹਦੇ ਨੱਕ ਨੂੰ ਪਾਓ ਨਕੇਲ ਕਿਹੜਾ ਜਿਹੜਾ ਨੱਕ ਤੇ ਮੱਖੀ ਨਾ ਬਹਿਣ ਦੇਵੇ। ਓਏ ਤਾਣ ਹੀਣਾ ਦੀ ਹਰਦਮ ਲਾਏ ਟੌਣੀ, ਬੋਲ ਇੱਕ ਵੀ ਮੂੰਹੋਂ ਨਾ ਕਹਿਣ ਦੇਵੇ। ਵਾਹ ਜੀ ਵਾਹ। ਉਹਦੇ ਨੱਕ ਨੂੰ ਪਾਓ ਨਕੇਲ ਕਿਹੜਾ ਜਿਹੜਾ ਨੱਕ ਤੇ ਮੱਖੀ ਨਾ ਬਹਿਣ ਦੇਵੇ। ਓਏ ਤਾਣ ਹੀਣਾ ਦੀ ਹਰਦਮ ਲਾਏ ਤੌਣੀ, ਬੋਲ ਇੱਕ ਵੀ ਮੂੰਹੋਂ ਨਾ ਕਹਿਣ ਦੇਵੇ। ਬਈ ਪੰਗੇ ਨੱਕ ਦੇ ਭੋਗਲ ਪਹਾੜ ਜਿਹੜੇ, ਪੰਗੇ ਨੱਕ ਦੇ ਭੋਗਲ ਪਹਾੜ ਜਿਹੜੇ, ਇਹਦੇ ਪੰਗਿਆਂ ਹੀ ਲੋਕਾਂ ਪਤਹੀਣ ਕੀਤਾ। ਓਏ ਜਿੰਨੇ ਜੋਗੇ ਓਨਾ ਹੀ ਕਰੋ ਯਾਰੋ, ਇਸਨੇ ਡਾਢਾ ਹੈ ਔਖਾ ਜੀਵਨ ਕੀਤਾ। ਓਏ ਜਿੰਨੇ ਜੋਗੇ ਓਨੇ ਹੀ ਕਰੋ ਯਾਰੋ, ਇਸਨੇ ਡਾਢਾ ਹੈ ਔਖਾ ਜੀਵਨ ਕੀਤਾ। ਯਾਰੋ ਇਸਨੇ ਡਾਢਾ ਹੈ ਔਖਾ ਜੀਵਨ ਕੀਤਾ। ਐਵੇਂ ਨਾ ਕਾਪੀਆਂ ਕਰਕੇ ਪਿਆ ਲੌਂਗ ਪਾਇਆ ਫਲਾਨੀ ਬੀਬੀ ਨੇ, ਮੈਂ ਵੀ ਲੌਂਗ ਹੀ ਪਾਉਣਾ। ਜਿੰਨੇ ਜਿੰਨਾ ਕਰਨ ਜੋਗੇ ਓਨਾ ਕਰੋ, ਕਿ ਨੱਕ ਨੂੰ ਵੀ ਹੰਕਾਰ ਹੋ ਜਾਂਦਾ ਹੋ ਇਹਨੂੰ ਨਕੇਲ ਪਾਉਣੀ ਪੈਂਦੀ ਵੇ। ਬਹੁਤ ਬਹੁਤ ਧੰਨਵਾਦ, ਏਦਾਂ ਹਾਜ਼ਰੀ ਲਾਉਂਦੇ ਰਹੋ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਦਾ ਸਤਿਕਾਰ ਦਾ ਜੀ, ਬਹੁਤ ਬਹੁਤ ਧੰਨਵਾਦ। ਵਾਹ ਜੀ ਵਾਹ। ਸਾਡੇ ਅਸੀਂ ਜਿੱਦਾਂ ਕਹਿੰਦੇ ਹੁੰਦੇ ਕਿ ਵਨ ਐਂਡ ਓਨਲੀ, ਸਾਡੇ ਸਾਰੇ ਕੋਲਰ ਇੱਦਾਂ ਹੀ ਜੋ ਵੀ ਆਉਂਦੇ ਨੇ ਬਹੁਤ ਵਧੀਆ ਵਧੀਆ ਵਿਚਾਰ ਦੇ ਕੇ ਜਾਂਦੇ ਨੇ। ਬਸ ਇਹ ਦੁਆ ਕਰਦੇ ਕਿ ਰੱਬ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ, ਔਰ ਇਸੇ ਤਰ੍ਹਾਂ ਹੀ ਜਾਣ ਕੇ ਪ੍ਰੋਗਰਾਮ ਵਿੱਚ ਆਉਂਦੇ ਰਹਿਣ, ਜਾਂਦੇ ਤਾਂ ਨਾ ਹੀ ਕਹੀਏ ਕੌਣ ਜਾਣਾ। ਚਲੋ ਅਗਲੀ ਕੋਲ ਦੇਖਦੇ ਹਾਂ। ਕਿੱਥੋਂ ਬੋਲਦੇ ਜੀ? ਹੈਲੋ 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 ਜੀ, ਮੈਂ ਬਲਵੀਰ ਬਸਰਾ ਬੋਲ ਰਿਹਾ ਜੀ। ਆਓ ਜੀ ਬਸਰਾ ਜੀ, ਕੀ ਹਾਲ ਚਾਲ ਨੇ? ਹਾਂਜੀ ਮਹਾਰਾਜ ਬਿਲਕੁਲ ਠੀਕ ਠਾਕ, ਤੁਸੀਂ ਠੀਕ ਠਾਕ ਜੀ? ਵਧੀਆ ਜੀ ਵਧੀਆ ਵਧੀਆ। ਕੀ ਫਿਰ ਤੁਹਾਡੇ ਵਿਚਾਰ ਨੇ? ਮਹਾਰਾਜ ਤੁਹਾਨੂੰ ਆਪਣੇ ਜਿਹੜਾ ਤੁਸੀਂ ਗੀਤ ਰਿਕਾਰਡਿੰਗ ਕਰਾਇਆ ਤੁਹਾਡਾ, ਤੁਹਾਨੂੰ ਉਸ ਗੀਤ ਦੀਆਂ ਬਹੁਤ ਬਹੁਤ ਮੁਬਾਰਕਾਂ। ਬਹੁਤ ਬਹੁਤ ਧੰਨਵਾਦ ਸਰ ਜੀ, ਬਹੁਤ ਬਹੁਤ ਧੰਨਵਾਦ। ਮਨਨ ਜੀ ਨੂੰ ਮੁੱਖ ਰੱਖ ਕੇ ਜਿਹੜਾ ਗੀਤ ਗਾਇਆ ਜੀ ਤੇ ਸੁਣਿਆ, ਬਹੁਤ ਵਧੀਆ ਗੀਤ ਵਾ। ਪਰਮਾਤਮਾ ਕਰੇ ਇਹੋ ਗੀਤ ਸਭ ਸੰਗਤਾਂ ਦੇ ਜਵਾਨ ਤੇ ਹੋਵੇ, ਤੇ ਉਹਨਾਂ ਮਹਾਰਾਜ ਦੇ ਜਿਹਨਾਂ ਦੇ ਤੁਸੀਂ ਇਹੋ ਉਪਰਾਲਾ ਕੀਤਾ ਹੈਗਾ, ਉਹਨਾਂ
ਇਹ ਤੋਂ ਵੱਡਾ ਮੈਰਿਜ ਹਿਸਾਬ ਨਾਲ ਪਰਾਲਾ ਕੋਈ ਹੋ ਹੀ ਨਹੀਂ ਸਕਦਾ ਹੈਗਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਉਹ ਇਹ ਰੁਪਇਆ ਜਿਹੜਾ ਕਰਨ ਤੁਸੀਂ ਕਮਾਇਆ ਬਹੁਤ ਵਧੀਆ ਕੀਤਾ। ਥੈਂਕ ਯੂ ਵੀਰ ਜੀ, ਬਹੁਤ ਬਹੁਤ ਧੰਨਵਾਦ। ਆਉਂਦੇ ਹਾਂ ਤੁਹਾਡਾ ਆਪਣੇ ਟੋਪ ਵੱਲ ਅਤੇ ਹਾਂਜੀ ਜੀ ਪੇਸ਼ਕਣ ਜਾ ਰਿਹਾ ਹੈਗਾ ਕੋਕੇ ਦੇ ਜਿਹੜੀ ਗੱਲ ਹੈਗੀ ਆ ਅਤੇ ਕੋਕੇ ਦੇ ਨਾਲ ਸਾਡੀਆਂ ਬੀਬੀਆਂ ਦੇ ਹੋਰ ਵੀ ਕਾਫੀ ਸ਼ਿੰਗਾਰ ਹੁੰਦੇ ਆ, ਪੰਜ ਸੱਤ ਚੀਜ਼ਾਂ ਉਹਨਾਂ ਦਾ ਵੀ ਮੈਂ ਨਾਂ ਲਊਂਗਾ। ਸੋ ਪੇਸ਼ਕਣ ਜਿਹੜਾ ਕੰਮ ਜਾ ਰਿਹਾ ਜੀ, ਇੱਕ ਪਤਾ ਨਹੀਂ ਬੋਲੀਆਂ ਪਤਾ ਨਹੀਂ ਕੀ ਆ, ਤੁਸੀਂ ਆਪ ਦੱਸੋਗੇ ਜੋ ਪੇਸ਼ਕਣ ਜਾ ਰਿਹਾ। ਹਾਏ ਹਾਏ ਤੇਰੇ ਨੱਕ ਦਾ ਕੋਕਾ, ਹਾਏ ਹਾਏ ਤੇਰੇ ਨੱਕ ਦਾ ਕੋਕਾ, ਬੱਲੇ ਤੇਰੇ ਨੱਕ ਦਾ ਕੋਕਾ, ਹਾਏ ਹਾਏ ਤੇਰੇ ਨੱਕ ਦਾ ਕੋਕਾ, ਇੱਕ ਤਾਂ ਪਹਿਲਾਂ ਹੀ ਸੋਹਣੀਆਂ ਤੂੰ, ਇੱਕ ਤਾਂ ਪਹਿਲਾਂ ਹੀ ਸੋਹਣੀਆਂ ਤੂੰ, ਇੱਕ ਤਾਂ ਪਹਿਲੇ ਸੋਹਣੀ ਉੱਤੋਂ ਰੰਗ ਚੜਾਵੇ ਚੋਖਾ ਨੀ ਤੇਰੇ ਨੱਕ ਦਾ ਕੋਕਾ, ਹਾਏ ਹਾਏ ਤੇਰੇ ਨੱਕ ਦਾ ਕੋਕਾ, ਬੱਲੇ ਤੇਰੇ ਨੱਕ ਦਾ ਕੋਕਾ, ਚਰਚੇ ਹਾਏ ਲੌਂਗ ਤੇਰੇ ਦੇ, ਚਰਚੇ ਹਾਏ ਲੌਂਗ ਤੇਰੇ ਦੇ, ਬੱਲੇ ਹਾਏ ਲੌਂਗ ਤੇਰੇ ਦੇ, ਜਿਹਦੇ ਲਈ ਇਹ ਚਮਕਾ ਹਮਾਰੇ ਨੀ, ਜਿਹਦੇ ਲਈ ਇਹ ਚਮਕਾ ਹਮਾਰੇ, ਉਹ ਰਾਂਝੇ ਤਾਂ ਖੇੜੇ ਦੇ, ਹਾਏ ਚਰਚੇ ਹਾਏ ਲੌਂਗ ਤੇਰੇ ਦੇ, ਚਰਚੇ ਹਾਏ ਲੌਂਗ ਤੇਰੇ ਦੇ, ਹਾਏ ਹਾਏ ਤੇਰਾ ਲਾਲ ਗਰਾਰਾ, ਬੱਲੇ ਤੇਰਾ ਲਾਲ ਗਰਾਰਾ, ਹਾਏ ਹਾਏ ਤੇਰਾ ਲਾਲ ਗਰਾਰਾ, ਬੱਲੇ ਤੇਰਾ ਲਾਲ ਗਰਾਰਾ, ਕਿੱਤੇ ਦੇ ਵਿੱਚ ਰੰਗ ਜਮਾਵੇ ਨੀ, ਕਿੱਤੇ ਦੇ ਵਿੱਚ ਰੰਗ ਜਮਾਵੇ, ਘੁੰਮਦਾ ਲੱਗੇ ਪਿਆਰਾ ਨੀ ਤੇਰਾ ਲਾਲ ਗਰਾਰਾ, ਹਾਏ ਹਾਏ ਤੇਰਾ ਲਾਲ ਗਰਾਰਾ, ਹਾਏ ਹਾਏ ਤੇਰਾ ਰੂਪ ਮਤਾਬੀ, ਬੱਲੇ ਨੀ ਤੇਰਾ ਰੂਪ ਮਤਾਬੀ, ਹਾਏ ਹਾਏ ਤੇਰਾ ਰੂਪ ਮਤਾਬੀ, ਕੱਚੇ ਦੁੱਧ ਨਾਲ ਪਾਲੀ ਲੱਗਦੀ, ਚਾਵਾਂ ਦੇ ਨਾਲ ਪਾਲੀ ਲੱਗਦੀ, ਤੂੰ ਤਾਂ ਕੁੜੀ ਪੰਜਾਬੀ ਨੀ ਤੇਰਾ ਰੂਪ ਮਤਾਬੀ, ਹਾਏ ਹਾਏ ਤੇਰਾ ਰੂਪ ਮਤਾਬੀ, ਬੱਲੇ ਤੇਰਾ ਰੂਪ ਮਤਾਬੀ, ਹਾਏ ਹਾਏ ਤੇਰੇ ਬਾਲ ਸੁਨਹਿਰੀ, ਬੱਲੇ ਨੀ ਤੇਰੇ ਬਾਲ ਸੁਨਹਿਰੀ, ਹਾਏ ਹਾਏ ਤੇਰੇ ਬਾਲ ਸੁਨਹਿਰੀ, ਬੱਲੇ ਨੀ ਤੇਰੇ ਬਾਲ ਸੁਨਹਿਰੀ, ਨੱਚਦੀ ਤੂੰ ਜਦ ਜੋਗਣ ਬਣ ਕੇ, ਨੱਚਦੀ ਤੂੰ ਜਦ ਜੋਗਣ ਬਣ ਕੇ, ਮੁੰਡਿਆਂ ਦੀ ਮਤ ਮਾਰੀ ਨੀ ਤੇਰੇ ਬਾਲ ਸੁਨਹਿਰੀ, ਬੱਲੇ ਨੀ ਤੇਰੇ ਬਾਲ ਸੁਨਹਿਰੀ, ਹਾਏ ਹਾਏ ਤੇਰੇ ਬਾਲ ਸੁਨਹਿਰੀ, ਹਾਏ ਹਾਏ ਕੰਨਾਂ ਦੇ ਝੁਮਕੇ, ਬੁੱਲੇ ਕੰਨਾਂ ਦੇ ਝੁਮਕੇ, ਕੰਨਾਂ ਕੰਨਾਂ ਦੇ ਝੁਮਕੇ, ਗਿੱਧੇ ਨੂੰ ਤੂੰ ਲੁੱਟ ਕੇ ਲੈ ਜਾ, ਗਿੱਧੇ ਨੂੰ ਤੂੰ ਲੁੱਟ ਕੇ ਲੈ ਜਾ, ਮਾਰ ਮਾਰ ਕੇ ਝੁਮਕੇ ਨੀ ਕੰਨਾਂ ਦੇ ਝੁਮਕੇ, ਹਾਏ ਹਾਏ ਕੰਨਾਂ ਦੇ ਝੁਮਕੇ, ਬੁੱਲੇ ਕੰਨਾਂ ਦੇ ਝੁਮਕੇ, ਹਾਏ ਹਾਏ ਤੇਰੇ ਬੋਲ ਪਿਆਰੇ, ਬੱਲੇ ਤੇਰੇ ਬੋਲ ਪਿਆਰੇ, ਬੱਲੇ ਤੇਰੇ ਬੋਲ ਪਿਆਰੇ, ਲੱਗਦਾ ਮਿੱਠਾ ਬੋਲਣ ਲਈ ਤੂੰ, ਲੱਗਦਾ ਮਿੱਠਾ ਬੋਲਣ ਲਈ ਕਿਤੇ ਖਾਂਦੀ ਰਹੀ, ਸ਼ੁਆਰੇ ਨੀ ਤੇਰੇ ਬੋਲ ਪਿਆਰੇ, ਹਾਏ ਹਾਏ ਤੇਰੇ ਬੋਲ ਪਿਆਰੇ, ਬੱਲੇ ਤੇਰੇ ਬੋਲ ਪਿਆਰੇ, ਹਾਏ ਹਾਏ ਤੇਰਾ ਕਾਲਾ ਡੋਰੀਆ, ਬੱਲੇ ਤੇਰਾ ਕਾਲਾ ਡੋਰੀਆ, ਹਾਏ ਹਾਏ ਤੇਰਾ ਕਾਲਾ ਡੋਰੀਆ, ਬੱਲੇ ਤੇਰਾ ਕਾਲਾ ਡੋਰੀਆ, ਸਾਂਭ ਸਾਂਭ ਕੇ ਰੱਖਦੀ ਫਿਰਦੀ, ਸਾਂਭ ਸਾਂਭ ਕੇ ਰੱਖਦੀ ਫਿਰਦੀ, ਦੇਵੀਆ ਮੁੰਡਾ ਖਨੌੜੀਆ ਨੀ ਤੇਰਾ ਕਾਲਾ ਡੋਰੀਆ, ਹਾਏ ਹਾਏ ਤੇਰਾ ਕਾਲਾ ਡੋਰੀਆ, ਬੱਲੇ ਤੇਰਾ ਕਾਲਾ ਡੋਰੀਆ, ਮਹਾਰਾਜ ਮੇਰਾ ਦਿਲ ਕਰਦਾ ਤੇ ਨਾਲੇ ਇੱਕ ਦੁੱਖ ਬੋਲੀਆਂ ਪਾ ਦਿਆਂ ਦਾ, ਮੇਰਾ ਖਿਆਲ ਆ ਬੀਬੀਆਂ ਦੇ ਬਹੁਤ ਵਧੀਆ ਹੋਣੀਆਂ, ਸੋ ਸੋਰੀ ਪੇਸ਼ ਕਰਦਿਆਂ ਦੋ ਬੋਲੀਆਂ ਆਪਣੀ ਯਾਦ। ਪਹਿਲੀ ਪੈਰ ਨੂੰ ਚੰਦ ਚੜ ਜਾਂਦਾ, ਦੂਜੇ ਪੈਰ ਨੂੰ ਤਾਰੇ,
ਆਏ ਪਹਿਲੀ ਪੈਰ ਨੂੰ ਪਹਿਲੀ ਪੈਰ ਨੂੰ ਚੰਦ ਚੜ ਜਾਂਦਾ, ਦੂਜੇ ਪੈਰ ਨੂੰ ਤਾਰੇ, ਓਏ ਸੱਜਣਾ ਦੀ ਓਏ ਸੱਜਣਾ ਦੀ ਅੱਖ ਨਾ ਖੁੱਲੀ ਹੋਏ ਉੱਤੋਂ ਚੰਦਰਾ ਸੂਰਜ ਤਾਨੇ ਮਾਰੇ, ਓਏ ਸੱਜਣਾ ਦੀ ਅੱਖ ਨਾ ਖੁੱਲੀ ਹੋਏ ਉੱਤੋਂ ਚੰਦਰਾ ਸੂਰਜ ਤਾਨੇ ਮਾਰੇ, ਨਾ ਪਹਿਲਾਈਆਂ ਨਾ ਮੈਂ ਲਾਈਆਂ ਲੱਗੀਆਂ ਜੋਰੋ ਜੋਰੀ ਹਾਏ ਹਾਏ, ਓਏ ਨਾ ਪਹਿਲਾਈਆਂ ਨਾ ਮੈਂ ਲਾਈਆਂ ਲੱਗੀਆਂ ਜੋਰੋ ਜੋਰੀ, ਜੇ ਲੱਗੀ ਆ ਤਾਂ ਲੱਗੀ ਰਹਿਣ ਦੇ, ਹੁੰਦਾ ਇਸ਼ਕ ਮਿਠਾਏ ਪੋਰੀ ਪੋਰੀ, ਜੇ ਲੱਗੀ ਆ ਤਾਂ ਲੱਗੀ ਰਹਿਣ ਦੇ, ਹੁੰਦਾ ਇਸ਼ਕ ਮਿਠਾਏ ਪੋਰੀ ਪੋਰੀ, ਆਉਣ ਜਾਣ ਨੂੰ ਨਾ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ, ਹੋਏ ਆਉਣ ਜਾਣ ਨੂੰ ਨਾ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ, ਮੈਂ ਤੇਰੀਆਂ ਸੰਭਾਲ ਰੱਖੀਆਂ ਵੇ ਆਪ ਹੋ ਗਈਆਂ ਗਲੀ ਚ ਖੋਰੀ ਖੋਰੀ, ਮੈਂ ਤੇਰੀਆਂ ਸੰਭਾਲ ਰੱਖੀਆਂ ਵੇ ਆਪ ਹੋ ਗਈਆਂ ਗਲੀ ਚ ਖੋਰੀ ਖੋਰੀ। ਥੈਂਕ ਯੂ ਜੀ, ਥੈਂਕ ਯੂ ਬਸਰਾ ਸਾਹਿਬ, ਕਿਆ ਬਾਤ ਹੈ। ਇੱਕ ਔਰਤ ਦੇ ਸ਼ਿੰਗਾਰ ਅਤੇ ਬੋਲੀਆਂ ਦਾ ਗੀਤ ਸੁਣਾਇਆ ਤੁਸੀਂ ਜੀ, ਬਹੁਤ ਬਹੁਤ ਧੰਨਵਾਦ ਜੀ ਸਾਡੇ ਲਿਸਨਰ ਤੋਂ। ਥੈਂਕ ਯੂ ਵੀਰ ਜੀ, ਧੰਨਵਾਦ ਜੀ, ਧੰਨਵਾਦ ਬਾਜੀ ਸਾਡੇ ਵੀਰ ਬਲਵੀਰ ਬਸਰਾ ਜੀ ਪਿੰਡ ਖਨੌਰੀਆ ਦੇ ਰਹਿਣ ਵਾਲੇ, ਆਪਣੇ ਕਲਮ ਰਾਹੀਂ ਲਿਖੀਆਂ ਬੋਲੀਆਂ ਸੁਣਾ ਕੇ ਗਏ ਨੇ ਇੱਕ ਔਰਤ ਦੇ ਸ਼ਿੰਗਾਰਾਂ 'ਤੇ। ਹਾਂਜੀ, ਬਹੁਤ ਵਧੀਆ ਜੀ, ਧੰਨਵਾਦ ਤੁਹਾਡਾ, ਵੈਰੀ ਵੈਰੀ ਗੁੱਡ। ਅਤੇ ਗੱਲ ਚੱਲ ਰਹੀ ਸੀ ਆਪਣੀ ਅੱਜ ਉਹੀ ਲੌਂਗ ਨੱਤ ਅਤੇ ਕੋਕਾ, ਕੀ ਵਿਚਾਰ ਨੇ? ਮੈਂ ਕਿਹਾ ਜੀ ਮੈਂ ਹੁਣ ਆਪਣੇ ਜਿਹੜੇ ਲਿਸਨੇ ਇੰਨਾ ਕੁਛ ਕਹਿ ਗਏ ਤਾਂ ਮੇਰੇ ਜੋ ਕਦੇ ਛੱਡਿਆ ਕੁਛ ਨਹੀਂ ਆਪਣੀ। ਨਹੀਂ ਤੁਹਾਡੇ ਕੋਲ ਜਿੰਨਾ ਹੈਗਾ ਉਨਾ ਸੁਣਾ ਦਿਓ। ਹਾਂਜੀ, ਉੱਦਾਂ ਗੱਲ ਕਰਦੇ ਅੱਜ ਕੱਲ੍ਹ ਤਾਂ ਸਮਾਂ ਇੱਦਾਂ ਹੋ ਗਿਆ ਜਾਣੀ ਕਿ ਆਪਾਂ ਕੋਕੇ ਨੂੰ ਮਸ਼ਹੂਰੀ ਕਰਦੇ ਹਾਂ, ਲੇਡੀਆਂ ਹੀ ਪਾਉਂਦੇ ਹਾਂ, ਅੱਜ ਕੱਲ੍ਹ ਤਾਂ ਮੁੰਡੇ ਪਾਉਣ ਲੱਗ ਪਏ। ਮੈਂ ਤੁਹਾਨੂੰ ਇੱਥੇ ਹੀ ਲੱਗਾ ਸੀ ਹੁਣ ਜਾਣ ਇਸੇ ਗੱਲ 'ਤੇ ਵੀ ਦੇਖੋ ਅੱਜ ਸਮਾਂ ਕਿਹੋ ਜਿਹਾ ਆ ਗਿਆ, ਵਿਆਹ ਗਿਆ ਇੱਕ ਕਿ ਲੇਡੀਜ਼ ਤੋਂ ਇੱਦਾਂ ਪਾਇਆ ਕਿਤੇ ਦੇਖਣ ਲਓ ਜੀ। ਹੈਲੋ ਜੀ, ਅੱਗੇ ਦੁਕਾਨ ਕਿੱਥੋਂ ਬੋਲਦੇ ਜੀ? ਹਾਂਜੀ ਜੈਗਰਦੇਵ ਜੀ, ਕਿਤੇ ਠੀਕ ਠਾਕ? ਹਾਂਜੀ ਧੰਨਵਾਦ ਜੀ, ਕੌਣ ਬੋਲਦੇ ਜੀ? ਹੋਰ ਤੁਹਾਨੂੰ ਪਹਿਲਾਂ ਤਾਂ ਵਧਾਈਆਂ, ਤੁਸੀਂ ਉਹ ਗੀਤ ਕੱਢਿਆ। ਹਾਂਜੀ ਹਾਂਜੀ, ਬਹੁਤ ਚਾਹੀਦਾ ਵੀ, ਚਾਹੀਦਾ। ਧੰਨਵਾਦ ਬੀਬੀ ਜੀ, ਬਹੁਤ ਬਹੁਤ ਧੰਨਵਾਦ। ਮਾਰਕ ਤੈਨੂੰ ਤੰਦਰੁਸਤੀ ਰੱਖੇ, ਤੇਰੀ ਬੈਨ ਦੁੱਗਣੀ, ਰਾਤ ਚੌਗਣੀ, ਤਰੱਕੀ। ਬਖਸ਼ੇ ਬਖਸ਼ੇ ਮਾਲਕ, ਬਖਸ਼ੇ ਜੀ, ਬਹੁਤ ਬਹੁਤ ਧੰਨਵਾਦ ਬੀਬੀ ਜੀ। ਮੈਂ ਦੋ ਕੁ ਲਾਈਨਾਂ ਕਹਿਣੀਆਂ ਆ। ਆ ਜਾਓ, ਮੈਨੂੰ ਲੱਗਦਾ ਕਿ ਇਹ ਟੈਲੀਫੋਨ ਵਿਲਨ ਹੋਲ ਤੋਂ ਆਇਆ। ਹਾਂਜੀ ਬੀਬੀ ਜੀ, ਆ ਜਾਓ ਜੀ। ਨਥਲੀ ਕਰਦੇ ਵੇ ਸਨਿਆਰਿਆ, ਨਥਲੀ ਕਰਦੇ ਵੇ ਸਨਿਆਰਿਆ, ਸਹੁਰਿਆਂ ਦੀ ਭਾਈ ਹੋਈ ਨਥਲੀ ਗੁਆਚ ਗਈ, ਨਾਲ ਦਿਨ ਰੋਈ ਨਾਲ ਪਾਲੀ, ਸਹੁਰਿਆਂ ਦੀ ਭਾਈ ਹੋਈ ਨਥਲੀ ਗੁਆਚ ਗਈ, ਨਾਲ ਦਿਨ ਰੋਈ ਨਾਲ ਪਾਲੀ, ਤੇ ਨਥਲੀ ਕਰਦੇ ਵੇ ਸਨਿਆਰਿਆ, ਨਥਲੀ ਕਰਦੇ ਵੇ
ਕਰਦੇ ਵੀ ਇਸੇ ਨਿਆਰਿਆ। ਸਤਿ ਸ੍ਰੀ ਅਕਾਲ ਜੀ। ਬਾਜੀ ਬਾਬੀ ਬੀਜੀ ਸਤਿ ਸ੍ਰੀ ਅਕਾਲ ਜੀ, ਕਿਆ ਬਾਤ ਹੈ। ਨਸਰੀ ਕੱਢਦੀ ਵੇ, ਕੱਢਦੀ ਵੇ ਸੁਨਿਆਰਿਆ ਸਾਡੇ ਬੀਬੀ ਗੁਰਬਖਸ਼ੀ, ਕਿਆ ਬਾਤ ਹੈ। ਬਿਲਨ ਹਾਲ ਤੋਂ ਅਤੇ ਮਾਤਾ ਜੀ ਤਾਂ ਆ ਗਏ ਆ, ਅਤੇ ਹੁਣ ਨੌ ਰਾਣੀ ਦੀ ਇੰਤਜ਼ਾਰ ਹੋ ਰਹੀ ਹੈ, ਅਤੇ ਦੇਖਦੇ ਹਾਂ ਅਤੇ ਅਗਲੀ ਕੋਲ ਜਿਹੜੀ ਆ ਨੌ ਰਾਣੀ ਦੀ ਆਉਂਦੀ ਹੈ ਜਾਂ ਕਿਸ ਤਰ੍ਹਾਂ। ਹਾਂਜੀ, ਤਾਂ ਗੱਲ ਜਿਸ ਤਰ੍ਹਾਂ ਹੁਣ ਆਪਾਂ ਕਰ ਰਹੇ ਸੀ ਵੀ ਜਿਹੜੇ ਕੋਕਾ, ਅਤੇ ਇੱਕ ਸਮਾਂ ਹੁੰਦਾ ਸੀ ਦੇਖੋ ਸਿਰਫ ਲੇਡੀਜ਼ ਦਾ ਹੀ ਇਹ ਸ਼ਿੰਗਾਰਾ ਹੁੰਦਾ ਸੀ। ਬਿਲਕੁਲ। ਉਹ ਅੱਜ ਕੱਲ੍ਹ ਤਾਂ ਪਤਾ ਨਹੀਂ, ਹੁਣ ਮੁੰਡੇ ਵੀ ਚਲੋ ਆਪਣੇ ਸ਼ਾਇਦ ਹੁਣ ਵੈਸੇ ਇੰਡੀਆ 'ਚ ਵੀ ਕਾਫੀ ਹੋਣ ਲੱਗ ਗਏ ਨੇ, ਮਗਰ ਆਪਾਂ ਇੱਧਰ ਜਿੱਧਰ ਰਹਿੰਦੇ ਇੰਗਲੈਂਡ ਲਾ ਲਈਏ ਜਾਂ ਯੂਰਪ ਲਾ ਲਈਏ ਜਾਂ ਕੈਨੇਡਾ ਅਮੈਰੀਕਾ ਹੋ ਜਿੱਥੇ ਮਰਜ਼ੀ, ਤੁਸੀਂ ਗੋਰਿਆਂ ਨੂੰ ਦੇਖੋ ਕਿਹੜੇ ਆ ਉੱਥੇ ਨੱਥਾਂ ਪਾਈ ਫਿਰਦੇ ਆ, ਕੋਕੇ ਕੋਕੇ ਕੰਨਾਂ 'ਚ ਪਾਈ ਫਿਰਦੇ ਆ, ਲੀਡੇ ਕੱਢ ਮੁੰਡੇ ਜ਼ਿਆਦਾ ਕਰ ਰਹੇ ਆ ਹੈਰਾਨ। ਹੈਲੋ ਜੀ, ਜੈਗੇ ਦੇ ਕੰਦ ਕਿੱਥੋਂ ਬੋਲੇ ਜੀ? ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਆ ਗਏ ਜੀ, ਆ ਗਏ। ਸਤਿ ਸ਼੍ਰੀ ਅਕਾਲ ਜੀ, ਆ ਗਏ ਵੋ ਵੀ ਜਿਨਕਾ ਹਮੇ ਇੰਤਜ਼ਾਰ ਥਾ। ਭਾਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਜੀ, ਤੁਹਾਡਾ ਨਵਾਂ ਗੀਤ ਆਇਆ ਬੜੇ ਵਧੀਆ ਅਲਫਾਜ਼ ਆ, ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿਦਾਈ, ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵਿਦਾਈ, ਚੀਰੇ ਵਾਲਿਆ ਵੇਖਦਾਈ ਵੇ, ਮੇਰਾ ਲੌਂਗ ਗਵਾਚ ਨਿਗਾ ਮਾਰਦਾਈ ਵੇ, ਮੇਰਾ ਲੌਂਗ ਗਵਾਚ ਪਾਣੀ ਕਾਲੀ ਆਈ ਸੀ ਮੈਂ ਟਾਲੀਆਂ ਮੇਟ ਦੀ, ਕੱਢਿਆ ਸੀ ਘੁੰਡ ਮੈਂ ਆਵਾਜ਼ ਸੁਣ ਜੇਠ ਦੀ, ਆਵਾਜ਼ ਸੁਣ ਜੇਠ ਦੀ, ਮੈਨੂੰ ਸ਼ੱਕ ਪੈਂਦਾ ਮੇਰੇ ਲੱਕ ਚ ਭੜਕ ਕੇ, ਡਿੱਗ ਪਿਆ ਹੁਣ ਡੁੱਡ ਗਾਈ ਵੇ, ਮੇਰਾ ਲੌਂਗ ਵਾਚ ਨਿਗਾ ਮਾਰ ਨਿਗਾ ਨਿਗਾ ਮਾਰਦਾਈ ਵੇ, ਮੇਰਾ ਲੌਂਗ ਵਾਚ ਤੇ ਮੇਰਾ ਲੌਂਗ ਵਾਚ ਤੇ ਮੇਰਾ ਲੌਂਗ ਵਾਚ। ਓਕੇ, ਸਤਿ ਸ੍ਰੀ ਅਕਾਲ। ਆ ਵਾਹ ਜੀ ਵਾਹ, ਕਿਆ ਬਾਤ ਹੈ। ਆਹਾ ਸਰਬਜੀਤ ਜੀ ਬਿਲਹਾਲ ਤੋਂ, ਕਿਆ ਆਵਾਜ਼ ਹੈ ਇਹਨਾਂ ਦੀ, ਬਹੁਤ ਬੁਲੰਦ ਆਵਾਜ਼ ਹੈ, ਬਹੁਤ ਨਾਈਸ ਆਵਾਜ਼ ਹੈ ਦੇਖੋ ਜੀ ਇਹਨਾਂ ਦੀ। ਔਰ ਵੈਸੇ ਇਨਸਾਨ ਵੀ ਇਹਨਾਂ ਦੇ ਨਾਲ ਮੁਲਾਕਾਤ ਹੋਈ, ਪਰਿਵਾਰ ਦੇ ਨਾਲ, ਮਾਤਾ ਨਾਲ ਵੀ ਕੁਝ ਹਫ਼ਤੇ ਹੋਏ ਆ, ਅਤੇ ਬਹੁਤ ਇੱਕ ਦੂਸਰੇ ਨੂੰ ਮਿਲ ਕੇ ਖੁਸ਼ ਹੋਏ ਆ, ਪਤਾ ਲੱਗਦਾ ਬੜਾ ਮਾਣ ਤਾਣ ਇਹਨਾਂ ਨੇ ਕੀਤਾ ਬੜਾ ਜਿਣ ਕੇ। ਸੋ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ, ਜਿਹੜਾ ਕਿ ਹੁਣ ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ ਹਮੇਸ਼ਾ ਹੀ ਜਾਣ ਕੇ ਆਪਣੇ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਦੀ। ਸੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਡੇ ਮਾਤਾ ਗੁਰਬਖਸ਼ ਜੀ ਔਰ ਸਾਡੇ ਸਰਬਜੀਤ ਕੌਰ ਬੀਬੀ ਜੀ, ਥੈਂਕ ਯੂ। ਅਤੇ ਇਸ ਦੇ ਨਾਲ ਆਪਾਂ ਚੱਲਦੇ ਹਾਂ ਅਗਲੀ ਕੋਲ ਵੱਲ ਨੂੰ। ਕੋਲ ਲਓ ਜੀ। ਹੈਲੋ ਜੀ, ਜੈਗ ਦੇ ਕੰਦ ਕਿੱਥੋਂ ਬੋਲਦੇ ਜੀ? ਹਾਂਜੀ ਜੈਗ ਦੇ ਭਾਅ ਜੀ, ਮੈਂ ਗੁਰਬਖਸ਼ ਬੋਲ ਰਹੀ ਹਾਂ। ਆਹ ਹਾਂ, ਵਾਹ ਜੀ ਗੁਰਬਖਸ਼ ਜੀ, ਆਓ ਜੀ ਆਓ ਜੀ। ਥੈਂਕ ਯੂ ਭਾਅ ਜੀ। ਠੀਕ ਹੋ ਦੋਨੋਂ ਬ੍ਰਦਰ? ਮੈਂ ਕਿਹਾ ਜੀ ਭਰਾ ਤੁਹਾਡੇ ਚੜ੍ਹਦੀ ਕਲਾ ਭਰਾਵਾਂ ਦੀ ਭੈਣ ਕਿਵੇਂ ਹੈ? ਭੈਣ ਵੀ ਠੀਕ ਹੈ ਯਾਰ। ਹਾਂਜੀ, ਤੁਹਾਨੂੰ ਚੜ੍ਹਦੀ ਕਲਾ ਜੀ ਬਾਬਾ ਜੀ ਰੱਖਣ, ਬਸ ਰੱਬ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ, ਰੱਬ ਸਭ ਨੂੰ ਚੜ੍ਹਦੀ ਕਲਾ। ਥੈਂਕ ਯੂ ਭਾਜੀ, ਥੈਂਕ ਯੂ ਜੀ। ਤੇ ਆਪਾਂ ਕੋਕੇ ਤੇ ਗਾਣਾ ਗਾਉਣਾ ਅੱਜ। ਹਾਂਜੀ ਆਓ ਜੀ। ਹਾਂਜੀ, ਇਸ ਤਰ੍ਹਾਂ ਹੈਗਾ ਆ, ਹਾਏ ਦਿਲ ਵਾਲੇ ਸੌਦੇ ਇੰਨੇ ਹੁੰਦੇ ਨੀ ਸਿਖਾਲੇ, ਹਾਏ ਦਿਲ ਵਾਲੇ ਸੌਦੇ ਇੰਨੇ ਹੁੰਦੇ ਨੀ
ਦੇ ਕਾਲੇ ਲੱਗਦਾ ਫਰੀਦ ਖੱਤੇ ਦਿਲ ਸਾਡਾ ਪਾਲੇ ਹਾਏ ਦੀ ਲਵਾਲੇ ਚੌਦੇ ਇੰਨੇ ਹੁੰਦੇ ਨੀ ਸਖਾਲੇ ਲੱਗਦਾ ਫਰੀਦ ਖੱਤੇ ਦਿਲ ਸਾਡਾ ਪਾਲੇ ਬੰਗਾ ਮਿਲ ਚੁਚੁਰਾਨ ਬਦਲੇ ਸਾਡਾ ਨੀਰ ਜੀ ਦਿਲ ਮੰਗਦਾ ਬੰਗਾ ਮਿਲ ਚੁਚੁੜਾਉਣ ਬਦਲੇ ਸਾਡਾ ਨੀਰ ਜੀ ਦਿਲ ਮੰਗਦਾ ਛੱਲਾ ਉਂਗਲੀ ਚ ਪਾਉਣ ਬਦਲੇ ਸਾਡਾ ਹੀਰ ਜੀ ਦਿਲ ਮੰਗਦਾ ਛੱਲਾ ਉਂਗਲੀ ਚ ਪਾਉਣ ਬਦਲੇ ਸਾਡੇ ਹੀਰ ਜੀ ਦਿਲ ਮੰਗਦਾ ਗੱਲ ਮੁੱਕ ਜਾਂਦੀ ਨਹੀਂ ਉਹਦੇ ਕਿਰੇ ਡਰੋ ਤਵੇ ਗੱਲ ਮੁੱਕ ਜਾਂਦੀ ਨਹੀਂ ਉਹਦੇ ਦੇ ਕਿਰੇ ਡਰੋ ਤਵੇ ਜ਼ਿੰਦਗੀ ਦਾ ਸਾਥ ਹੁੰਦਾ ਬੜਾ ਹੀ ਕਲੋ ਦੇਵੇ ਜ਼ਿੰਦਗੀ ਦਾ ਸਾਥ ਹੁੰਦਾ ਬੜਾ ਹੀ ਕਲੋ ਦੇਵੇ ਕੁੱਕ ਨੱਕ ਚ ਕੜਾਉਣ ਬਦਲੇ ਕੁੱਕ ਨੱਕ ਚ ਕੜਾਉਣ ਬਦਲੇ ਸਾਡਾ ਹੀਰ ਜੀ ਦਿਲ ਮੰਗਦਾ ਛੱਲਾ ਉਂਗਲੀ ਚ ਪਾਉਣ ਬਦਲੇ ਸਾਡਾ ਹੀਰ ਜੀ ਦਿਲ ਮੰਗਦਾ ਬੰਗਾ ਮਿਲ ਚੁਚੜਾਉਣ ਬਦਲੇ ਸਾਡਾ ਹੀਰ ਜੀ ਦਿਲ ਮੰਗਦਾ ਸਾਡੇ ਕਾਲਰ ਜਿਹੜੇ ਆ ਕਮਾਲ ਕਰ ਦਿੱਤੀ ਕਮਾਲ ਕਰੀ ਜਾ ਰਹੇ ਚਾਹੀਦੀ ਵੀ ਆ ਕੁੱਕ ਆ ਕੇ ਨੱਕ ਚ ਪਵਾਉਣ ਬਦਲੇ ਮੁੰਡਾ ਸੋਹਣੇ ਜਿਹਾ ਦਿਲ ਮੰਗਦਾ ਮੰਗਦਾ ਆਹਾ ਹਾ ਕਿਆ ਬੋਲ ਨੇ ਬਹੁਤ ਵਧੀਆ ਜੀ ਧੰਨਵਾਦ ਕਰਦੇ ਹਾਂ ਗੱਲ ਚੱਲਦੀ ਹੈ ਅੱਜ ਲੌਂਗ ਦੀ ਨੱਥ ਦੀ ਅਤੇ ਕੋਕੇ ਦੀ ਹਾਂਜੀ ਕੀ ਕਹਿਣ ਲੱਗੇ ਸੀ ਮੈਂ ਤਾਂ ਸੁਣਿਆ ਸੀ ਗੱਲ ਕਰਨ ਲੱਗਿਆ ਪਹਿਲਾਂ ਆਪਣੇ ਟਾਈਮ ਚਲੋ ਵੀ ਕੋਲੇ ਦਾ ਆਪਣਾ ਟਾਈਮ ਹੈਗਾ ਹਾਂਜੀ ਪਹਿਲਾਂ ਤਾਂ ਆਪਣੇ ਤੇਰੇ ਗਾਣੇ ਗਾਣੇ ਦੇ ਆਪਾਂ ਕਹਿੰਦੇ ਜਿੱਦਾਂ ਪਾਲਿਆ ਕਹਿ ਹੀ ਦਿੱਤਾ ਸਾਰਿਆਂ ਨੇ ਜੀ ਬਹੁਤ ਬਹੁਤ ਵਧਾਈਆਂ ਆਪਾਂ ਕਾਂਛੀ ਟੀਵੀ ਵਾਲੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੇਰੇ ਟੱਬਰ ਵਾਲੇ ਵੀ ਬਹੁਤ ਵਧਾਈਆਂ ਬਹੁਤ ਬਹੁਤ ਧੰਨਵਾਦ ਤਾਂ ਪਹਿਲਾਂ ਆਪਾਂ ਖੋਲ ਲੈ ਹੈਲੋ ਜੀ ਜੈ ਗੁਰਦੇਵ ਕੌਰ ਕਿੱਥੋਂ ਬੋਲਦੇ ਜੀ ਜੈ ਗੁਰਦੇਵ ਸੰਗੜਦੇਵ ਜੀ ਦੋਨੇ ਵੀਰਾਂ ਨੂੰ ਆਓ ਜੀ ਬਹਾਰ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ ਹਾਏ 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 ਸਾਡੇ ਮਨੋਹਰ ਦੁਗਲ ਜੀ ਹਾਂਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਪਹਿਲਾਂ ਤਾਂ ਜਿੰਨੇ ਵੀ ਕਾਲਰ ਜਿਹਨਾਂ ਨੇ ਵੀ ਕਾਲ ਕਰਕੇ ਆਪਣੇ ਆਪਣੇ ਗੀਤਾਂ ਰਾਹੀਂ ਮਨੋਰੰਜਨ ਕੀਤਾ ਉਹਨਾਂ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਔਰ ਨਾਲ ਹੀ ਤੁਹਾਡਾ ਤੁਸੀਂ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਨਾਲ ਹੀ ਸਾਡੇ ਮੋਮੀ ਜੀ ਜਿਹੜੇ ਕਿ ਇੰਜੀਨੀਅਰ ਸਾਹਿਬ ਅੰਦਰ ਕਰ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸੁਰੂਪ ਜੀ ਜਿਸ ਤਰ੍ਹਾਂ ਤੁਸੀਂ ਟੋਪਿਕ ਰੱਖਿਆ ਇਹਦੇ ਬਾਰੇ ਤਾਂ ਮੈਨੂੰ ਕੋਈ ਇੰਨੀ ਨੌਲੇਜ ਨਹੀਂ ਹੈਗੀ ਪਰ ਮੈਂ ਉਹਦਾ ਅਗਰ ਗੀਤ ਦੇ ਦੋ ਲਾਈਨਾਂ ਅਗਰ ਕੋਈ ਵੀ ਸੁਣਾ ਦੇਵਾਂ ਤਾਂ ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਦੇਖੋ ਜੀ ਜਦ ਨਹੀਂ ਨਹੀਂ ਸਾਡੇ ਇੰਨੇ ਪਿਆਰੇ ਕੋਲਰ ਜਿਹਨਾਂ ਨੇ ਕੋਲ ਕਰਕੇ ਹਾਜ਼ਰੀ ਲਵਾਈ ਆ ਉਹਨਾਂ ਨੂੰ ਦੇਖੋ ਜੀ ਜੋ ਮਰਜ਼ੀ ਸਾਡੇ ਦਿਲ ਵੱਲੋਂ ਜੋ ਤੁਹਾਡਾ ਦਿਲ ਕਹਿੰਦਾ ਚਲੋ ਅਸੀਂ ਦਿਲੋਂ ਕਹਿ ਰਹੇ ਨੇ ਦਿਲੋਂ ਕਹਿ ਰਹੇ ਹਾਂ ਜੋ ਦਿਲ ਕਰਦਾ ਤੁਹਾਡਾ ਜਿੱਦਾਂ ਹੁਣ ਕੋਕਾ ਵੀ ਪਾਇਆ ਜਾਂ ਕੁਛ ਵੀ ਤੇ ਫਿਰ ਮੁਹੰਮਦ ਰਫੀ ਸਾਹਿਬ ਕਹਿ ਰਹੇ ਆ ਜੀ ਇੱਕ ਫੂਲ ਤੇਰੇ ਜੁੜੇ ਮੈਂ ਕਹਿ ਦੋ
ਤੋਂ ਲਗਾ ਦੂੰ ਮੈਂ ਗੁਸਤਾਖੀ ਮਾਂ, ਗੁਸਤਾਖੀ ਮਾਂ, ਸਰਕਾਰ ਹੁਆ ਪਿਆਰ, ਖਤਾ ਹਮ ਸੇ ਹੋਈ ਹੈ, ਅਬ ਦਿਲ ਮੇਂ ਤੁਮ ਹੋ, ਜਾਮ ਤੇਰੀ ਹੈ, ਅਬ ਚੀਰ ਕੇ ਇਸ ਦਿਲ ਕੋ ਕਹਿ ਦੋ ਤੋ ਦਿਖਾ ਦੂੰ ਮੈਂ, ਗੁਸਤਾਖੀ ਮਾਂ, ਗੁਸਤਾਖੀ ਮਾਂ, ਚਿਹਰੇ ਤੇ ਗਿਰੀ ਜ਼ੁਲਫ ਕਹਿ ਦੋ ਤੋ ਹਟਾ ਦੂੰ ਮੈਂ, ਗੁਸਤਾਖੀ ਮਾਂ, ਗੁਸਤਾਖੀ ਮਾਂ। ਥੈਂਕ ਯੂ ਵੀਰ ਜੀ, ਥੈਂਕ ਯੂ, ਥੈਂਕ ਯੂ ਜੀ। ਵਾਹ ਜੀ ਵਾਹ, ਸਾਡੇ ਵਨ ਐਂਡ ਓਨਲੀ ਮਨੋਹਰ ਦੁੱਗਲ ਜੀ, ਜੋ ਕਿ ਸਾਡੇ ਕੰਚੀ ਟੀਵੀ ਦੇ ਪ੍ਰੈਜੈਂਟਰ ਵੀ ਨੇ, ਕਿਆ ਬਾਤ ਹੈ, ਬਹੁਤ ਵਧੀਆ ਗਾਉਂਦੇ ਨੇ, ਬਹੁਤ ਸੇਵਾ ਦਾ ਵੀ ਵੱਡੇ। ਹਾਂਜੀ, ਹੋਰ ਵਿਚਾਰ ਤੁਹਾਡੇ? ਉਹ ਤਾਂ ਮੈਂ ਕਿਹਾ ਜੀ, ਮੈਨੂੰ ਥੋੜ੍ਹੇ ਜਿਹੇ ਹੋਰ ਮੈਨੂੰ ਚੇਤਾ ਆ ਗਿਆ ਜੀ, ਹੈ ਤਾਂ ਥੋੜ੍ਹਾ ਇਹ ਲਈ ਆ ਸੀ ਆਪਣੇ ਸਮਰਾਜ ਸਾਹਿਬ ਆਪਣੇ, ਕੱਲ੍ਹ ਨੂੰ ਮੇਰੇ ਪਾਰਟੀ ਵੀ, ਕੱਲ੍ਹ ਨੂੰ ਇੱਕ ਪਾਰਟੀ ਵੀ ਚੱਲ ਰਹੀ ਆ, ਮੈਨੂੰ ਪਤਾ ਲੱਗਾ। ਕਾਹਦੀ ਪਾਰਟੀ ਜੀ? ਪਾਰਟੀ ਸਾਨੂੰ ਇੰਨਾ ਪਤਾ, ਸਾਡੇ ਛੋਟੇ ਭਰਾ ਦੇ ਬਰਥਡੇ ਕੱਲ੍ਹ ਨੂੰ ਜੀ, ਤਾਂ ਤੁਹਾਡੇ ਛੋਟੇ ਇੱਥੇ ਕਈ ਆ? ਨਹੀਂ, ਸਾਡੇ ਮੇਰੇ ਲੈਫਟ ਹੈਂਡ ਸਾਈਡ 'ਤੇ ਹੀ ਆ ਜੀ ਸਾਡੀ ਪਾਰਟ। ਅੱਛਾ, ਸਾਡੇ ਆਪਣਾ ਪਹਿਲਾਂ ਤਾਂ ਪਰਿਵਾਰ ਵੱਲੋਂ ਕਾਂਚੀ ਟੀ ਵੀ ਵੱਲੋਂ ਤੁਹਾਨੂੰ ਬਹੁਤ ਬਹੁਤ ਕੱਲ੍ਹ ਦੇ ਵਾਸਤੇ ਹੈਪੀ ਬਰਥਡੇ। ਥੈਂਕ ਯੂ ਜੀ, ਥੈਂਕ ਯੂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਫਰੋਮ ਕਾਂਚੀ ਟੀ ਵੀ, ਹੈਪੀ ਬਰਥਡੇ ਟੂ ਯੂ ਫੋਰ ਟੁਮਾਰੋ। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਹੈਲੋ ਜੀ, ਜੈਗੇ ਦੇ ਕੌਣ ਕਿੱਥੋਂ ਬੋਲਦੇ ਜੀ? ਰੂਪ ਬੇਟਾ, ਬਲਵੀਰ, ਸਿਮਰਜੀਤ ਕੌਰ ਚਾਰ ਬੋਲਦੀ ਹੈ, ਸਾਰਿਆਂ ਨੂੰ ਜੈ ਗੁਰਦੇਵ। ਧੰਨ ਕਰ ਬੀਬੀ, ਧੰਨ ਗੁਰਦੇਵ ਬੀਬੀ ਜੀ, ਧੰਨ ਗੁਰਦੇਵ ਜੀ। ਹਾਂਜੀ, ਜੋ ਵੀ ਸਰੋਤੇ ਪ੍ਰੋਗਰਾਮ ਦੇ ਨਾਲ ਜੁੜੇ ਸਾਰਿਆਂ ਨੂੰ ਪ੍ਰੇਮ ਭਰੀ ਜੈ ਗੁਰਦੇਵ। ਧੰਨ ਗੁਰਦੇਵ, ਧੰਨ ਗੁਰਦੇਵ ਬੀਬੀ ਜੀ, ਧੰਨ ਗੁਰਦੇਵ। ਹਾਂਜੀ, ਤੇ ਮੇਰੀ ਤਾਂ ਸਹਿਤ ਪਤਰੀ ਜਈ ਗੱਲ ਆ ਕੋਕੇ ਤੇ ਜੀ। ਮਾਮੇ ਦੀ ਭਾਂਜੀ ਕੀ ਕੁਛ ਮੰਗਦੀ, ਮਾਮੇ ਦੀ ਭਾਂਜੀ ਕੀ ਕੁਛ ਮੰਗਦੀ, ਮਾਮੇ ਦੀ ਭਾਂਜੀ ਨੱਥ ਚੂੜਾ ਮੰਗਦੀ, ਮਾਮੇ ਦੀ ਭਾਂਜੀ ਨੱਥ ਚੂੜਾ ਮੰਗਦੀ, ਮਾਮੇ ਦੀ ਭਾਂਜੀ ਸਿਰ ਸਾਲੂ ਮੰਗਦੀ, ਮਾਮੇ ਦੀ ਭਾਂਜੀ ਸਿਰ ਸਾਲੂ ਮੰਗਦੀ। ਓਕੇ ਰੂਪ ਜੀ, ਜੈ ਕਰ। ਵਾਹ ਜੀ ਬੀਬੀ ਜੀ, ਵਾਹ ਜੀ ਵਾਹ, ਕਿਆ ਬਾਤ ਹੈ, ਸ਼ੋਰਟ ਐਂਡ ਸਵੀਟ, ਸ਼ੋਰਟ ਐਂਡ ਸਵੀਟ ਜੀ। ਨਾਨਕੀ ਸ਼ੱਕ ਆ ਗਿਆ ਇਹਦੇ ਵਿੱਚੇ ਜਾਊ ਹੁੰਦਾ। ਆ ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਜਿੰਨੇ ਵੀ ਕੋਲਰਾਂ ਨੇ ਕੋਲ ਕੀਤੇ ਆ, ਅਤੇ ਖਾਸ ਕਰਕੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿੰਨੇ ਵੀ ਸਾਡੇ ਇਹ ਵਿਸ਼ੇ ਹੁੰਦੇ ਨੇ, ਸਾਡੇ ਬਹੁਤ ਹੀ ਪਿਆਰੇ, ਸਾਡੇ ਦਿਲ ਦੇ ਵਿੱਚ ਵਸਣ ਵਾਲੇ ਸਾਡੇ ਛੋਟੇ ਵੀਰ ਵਿਜੇ ਮੋਮੀ ਜੀ ਹੋਰਾਂ ਨਾਲ ਬਹੁਤ ਹੀ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਇਹੋ ਜਿਹੇ ਵਿਸ਼ੇ ਦਿੰਦੇ ਨੇ। ਸੋ ਰੱਬ ਘਰ ਘਰ ਕਹਿੰਦੇ ਹੁੰਦੇ ਨੇ ਕਿ ਪੁੱਤ ਤਾਂ ਬੜੇ ਜੰਮਦੇ, ਪਰ ਇਹ ਵਿਜੇ ਮੋਮੀ ਜੀ ਅੱਗੇ ਪੁੱਤ ਨਹੀਂ ਜੰਮਣੇ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਵਿਜੇ ਮੋਮੀ ਜੀ ਹੋਰਾਂ ਦਾ, ਅਤੇ ਨਾਲ ਹੀ ਅਗਲੀ ਕੋਲ ਲਓ ਜੀ। ਹੈਲੋ ਜੀ, ਜੈਗੇ ਦੇ ਕੌਣ ਤਾਂ ਕਿੱਥੋਂ ਬੋਲਦੇ ਜੀ?
ਧੰਨ ਗੁਰਦੇਵ ਭਾਜੀ, ਕਿੱਦਾਂ ਠੀਕ ਹੋ ਤੁਸੀਂ? ਮੈਂ ਪਰਮਜੀਤ ਬੋਲਦੀ ਹੇਸ ਤੋਂ। ਆਓ ਜੀ ਆਓ। ਕੌਣ ਜੀ? ਪਰਮਜੀਤ। ਪਰਮਜੀਤ ਜੀ ਆਓ ਜੀ। ਪਰਮਜੀਤ ਜੀ, ਹਾਂਜੀ ਜੀ, ਤੁਹਾਡਾ ਟੌਪਿਕ ਤਾਂ ਬਹੁਤ ਸੋਹਣਾ ਹੁੰਦਾ, ਹਮੇਸ਼ਾ ਹੀ ਸੋਹਣਾ ਹੁੰਦਾ, ਪਰ ਅੱਜ ਹੋਰ ਵੀ। ਵਾਹ ਜੀ ਵਾਹ, ਬਹੁਤ ਬਹੁਤ ਥੈਂਕ ਯੂ ਪਰਮਜੀਤ ਜੀ। ਤੇ ਇਹ ਤੁਸੀਂ ਤਿੰਨ ਨਾਮ ਲਿਖੇ ਹੋਏ ਆ, ਲੌਂਗ, ਨੱਥ, ਕੋਕਾ ਜੀ, ਪਰ ਭੋਗਲ ਭਾਜੀ ਹੁਣੀ ਤਾਂ ਤੁਹਾਨੂੰ ਚੌਥਾ ਦੱਸ ਦੇ ਗਏ ਆ। ਪਰ ਜਿਹੜਾ ਉਹ ਚੌਥਾ ਦੱਸਿਆ, ਉਹ ਤਾਂ ਇੱਕ ਹੈ ਨਾ ਗੁੱਸੇ ਵਾਲਾ ਸ਼ਬਦ ਕਿਹਾ ਜਾਂਦਾ ਮੇਰੇ ਖਿਆਲ ਵਿੱਚ, ਉਹ ਚੌਥਾ ਸ਼ਬਦ ਜਿਹੜਾ ਉਹ ਹੋ ਰਿਹਾ। ਉਹ ਨਹੀਂ ਫਿਰ ਉਹ ਕਹਿੰਦੇ ਵੀ ਉਹ ਜਿਹੜਾ ਕੰਟਰੋਲ ਕਰਨ ਲਈ ਵੀ ਨਾ ਇੱਕ ਨੱਕ ਚ ਪੈਂਦੀ ਆ ਚੀਜ਼ ਉਹ। ਹਾਂਜੀ, ਪਰ ਉਹ ਤਾਂ ਭਾਜੀ ਵੀ ਜਿਹੜੇ ਨਾ ਅੜਬ ਸੁਭਾਅ ਦੇ ਬੰਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ, ਉਹਨਾਂ ਨੂੰ ਪੌੜੀ ਪੈਂਦੀ ਸੀ। ਉਹ ਹਾਂਜੀ, ਉਹ ਆਪਣੀਆਂ ਤੀਵੀਆਂ ਨੂੰ ਕੰਟਰੋਲ ਚ ਕਰਨ ਵਾਸਤੇ ਨਕੇਲ ਪਾਉਂਦੇ ਸੀ ਜੀ। ਪਰ ਸਾਰੀਆਂ ਨਹੀਂ ਏਦਾਂ ਹੁੰਦੀਆਂ। ਨਹੀਂ 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 ਜੀ, ਹੈਨਾ? ਨਹੀਂ ਨਹੀਂ, ਮੈਂ ਕੱਲੀਆਂ ਤੀਵੀਆਂ ਨੂੰ ਨਹੀਂ ਕਹਾਂਗਾ, ਭੋਗਲ ਨੂੰ ਇਹ ਗੱਲ ਨਹੀਂ ਬੰਦਿਆਂ ਤੇ ਪਾ ਦਿੰਦੀਆਂ। ਭੋਗਲ ਨੂੰ ਇਹ ਗੱਲ ਨਹੀਂ ਕਹੀ ਸੀ। ਹੋਰ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਚੌਥਾ ਜਿਹੜਾ ਸ਼ਬਦ ਭਾਈ ਤੀਲੀ ਹੁੰਦਾ, ਤੀਲੀ ਵੀ ਨੱਕ ਵਿੱਚ ਪਾਉਂਦੇ ਹੁੰਦੇ ਸੀ ਪੁਰਾਣੇ ਜ਼ਮਾਨੇ ਵਿੱਚ। ਹਾਂਜੀ, ਪਰ ਜਿਹੜੇ ਇਹ ਵਾਲੇ ਹੁਣ ਸਾਰੇ ਗਹਿਣੇ ਤਕਰੀਬਨ ਆ ਦੋ ਤਾਂ ਵਿੱਚੋਂ ਅਲੋਪ ਹੋ ਗਏ ਆ, ਲੌਂਗ ਤੇ ਤੀਲੀ। ਆ ਬਹੁਤ ਸੋਹਣੀ, ਹਾਂਜੀ ਤੁਸੀਂ ਗੱਲ ਕਹੀ ਮੈਨੂੰ ਯਾਦ, ਹਾਂ ਤੇ ਬੱਚੇ ਪਹਿਲਾਂ ਤੀਲੀ ਪਾਉਂਦੇ ਹੁੰਦੇ ਸੀ। ਹਾਂਜੀ ਲੱਕਾ ਜੀ, ਹਾਂਜੀ ਲੌਂਗ ਤੇ ਤੀਲੀ ਬਹੁਤ ਪਾਉਂਦੇ ਸੀ ਸਾਡੀਆਂ ਦਾਦੀਆਂ ਨਾਨੀਆਂ ਜਿਹੜੀਆਂ, ਉਹ ਦੱਸਦੀਆਂ ਹੁੰਦੀਆਂ ਸੀ। ਆਹਾ, ਤੇ ਦੇਖੇ ਤਾਂ ਅਸੀਂ ਹੈ ਨਹੀਂ ਗਏ ਜੀ, ਹੈਨਾ, ਸੁਣੇ ਆ ਜੀ ਜੀ। ਕੀ ਬਾਤ! ਤੇ ਕੋਕੇ ਤੇ ਇੱਕ ਇੱਕ ਬੋਲੀ ਹੈ, ਕੋਕੇ ਤੇ ਹੈਗਾ ਇੱਕ, ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਾਂ ਨੂੰ ਜੀ, ਕਿ ਸਰਬਜੀਤ ਕੌਰ ਜੀ ਉਹਨਾਂ ਦਾ ਇੱਕ ਗਾਣਾ ਬੜਾ ਫੇਮਸ ਹੁੰਦਾ ਸੀ। ਹਾਂਜੀ, ਉਹਨਾਂ ਦਾ ਮੈਨੂੰ ਇੱਕੋ ਟੱਪਾ ਜਾ ਰਿਹਾ, ਪੂਰਾ ਤਾਂ ਨਹੀਂ ਮੈਂ ਕਹਿ ਸਕਦਾ, ਚੱਲੂ ਇੱਕੋ ਹੀ ਬਹੁਤ ਆ ਜੀ, ਇੱਕੋ ਤੁਹਾਡਾ ਲੱਖ ਵਰਗਾ। ਉਹਨਾਂ ਦਾ ਟੱਪਾ ਸੀਗਾ, ਕੋਕਾ ਕੜਵਾ ਦੇਵੇ ਮਾਈਆ ਕੋਕਾ ਮੇਰੇ ਹਾਣੀਆ, ਕੋਕਾ ਕੜਵਾ ਦੇਵੇ ਮਾਈਆ ਕੋਕਾ, ਗਲੀ ਗਲੀ ਬੰਜਾਰਾ ਫਿਰਦਾ ਦਿੰਦਾ ਪਿਆਰ ਦਾ ਹੋਕਾ, ਲੈ ਲੋ ਕੋਕਾ ਮੇਰੇ ਹਾਣੀਆ, ਕੋਕਾ ਕੜਵਾ ਦੇਵੇ ਮਾਈਆ ਕੋਕਾ। ਵਾਹ ਜੀ ਵਾਹ ਜੀ, ਪਰਮਜੀਤ ਜੀ ਬਹੁਤ ਬਹੁਤ ਧੰਨਵਾਦ ਜੀ। ਵੀ ਗਾਣਾ ਬਹੁਤ ਮਸ਼ਹੂਰ, ਇੱਕ ਹੋਰ ਸੀਗਾ ਸਰਦੂਲ ਸਿਕੰਦਰ ਉਹਨਾਂ ਜੀ ਦਾ ਗਾਣਾ ਬਹੁਤ ਵਧੀਆ ਸੀ ਜੀ, ਉਹਦਾ ਵੀ ਕੋਈ ਟੱਪਾ ਜਾ ਰਿਹਾ, ਉਹ ਸੀਗਾ ਹਵਾ 'ਚ ਫਿਰਦੀ ਹਵਾ 'ਚ ਉੱਡਦੀ ਫਿਰੇ ਜਵਾਨੀ, ਲੱਭਦੀ ਫਿਰਦੀ ਦਿਲ ਦਾ ਜਾਨੀ, ਗੋਰਾ ਰੰਗ ਸ਼ਰਬਤੀ ਅੱਖੀਆਂ, ਗੋਰੀ ਗਰਦਨ ਕਾਲੀ ਗਾਨੀ, ਜੀ ਕਰਦਾ ਕੋਠੇ ਚੜ ਕੇ ਜੱਗ ਵਿੱਚ ਦੇ ਦਿਆਂ ਹੋਕਾ, ਮਿੱਤਰਾਂ ਨੂੰ ਮਾਰ ਗਿਆ ਜੀ ਤੇਰਾ ਕੋਕਾ, ਮਿੱਤਰਾਂ ਨੂੰ ਮਾਰ ਗਿਆ ਜੀ ਤੇਰਾ ਕੋਕਾ, ਮਿੱਤਰਾਂ ਨੂੰ ਮਾਰ ਗਿਆ ਨੀ ਮਿੱਤਰਾਂ ਨੂੰ ਮਾਰ ਗਿਆ। ਵਾਹ ਜੀ ਵਾਹ, ਆਹ ਬਣੀ ਗੱਲ ਹੁਣ, ਆਹ ਬਣੀ ਗੱਲ ਹੁਣ, ਬਹੁਤ ਬਹੁਤ ਧੰਨਵਾਦ ਪਰਮਜੀਤ ਜੀ, ਬਹੁਤ ਬਹੁਤ ਧੰਨਵਾਦ ਜੀ, ਕਿਆ ਬਾਤ ਹੈ ਜੀ, ਸਾਡੇ ਬੀਬੀ ਪਰਮਜੀਤ ਜੀ ਲੰਡਨ ਤੋਂ, ਕਿਆ ਬਾਤ ਹੈ, ਬੜੇ ਵਧੀਆ ਵਿਚਾਰ ਲੱਗੇ ਤੁਹਾਡੇ ਜੀ, ਇੱਦਾਂ ਹੀ ਬਸ ਤੁਸੀਂ ਹਰ ਹਫ਼ਤੇ ਆਉਂਦੇ ਜਾ ਰਿਹਾ ਕਰੋ ਬਸ, ਤੋ ਆਪਣੇ ਕੋਲ ਟਾਈਮ ਬਹੁਤ ਛੋਟਾ ਹੁਣ, ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਇਹ ਜੋ ਸਾਡਾ ਆਪਣੇ ਵਿਚਾਰ ਪ੍ਰੋਗਰਾਮ ਹੈ, ਇਹ ਸਾਡਾ ਆਪਦਾ ਹੀ ਇਹ ਪ੍ਰੋਗਰਾਮ ਹੁੰਦਾ ਹੈ, ਇਸ ਦੇ ਵਿੱਚ ਕਾਂਸ਼ੀ ਟੀ ਵੀ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਸੋ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਸਾਡੀ ਕਾਂਸ਼ੀ ਟੀ ਵੀ ਦੀ ਮੈਨੇਜਮੈਂਟ, ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਤੁਹਾਡੇ ਰੂਬਰੂ ਹੋਏ ਹਾਂ,
ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਗਲੀ ਕਾਲ ਹੈਲੋ ਜੀ ਜੈ ਕੇ ਦੇ ਕੰਮ ਕਿੱਥੋਂ ਬੋਲਦੇ ਜੀ? ਹੈਲੋ ਜੀ ਜੈ ਕੇ ਦੇ ਜੈ ਭੀਮ ਜੀ। ਜੈ ਭੀਮ ਜੀ ਹਾਂਜੀ ਜੀ, ਤੁਹਾਡਾ ਬਹੁਤ ਸੋਹਣਾ ਟੌਪਿਕ ਚੱਲਦਾ ਆ ਜੀ, ਟਾਈਮ ਥੋੜਾ ਰਹਿੰਦਾ, ਮੈਂ ਇੱਕ ਲਾਈਨ ਬੋਲ ਦਿੰਦੀ ਆ। ਕੋਈ ਨਹੀਂ ਬੀਬੀ ਜੀ, ਆ ਜਾਓ। ਕੌਣ ਬੋਲਦੇ? ਬੀਬੀ ਰਤੂ ਜੀ ਲੱਗਦੇ ਆ। ਮੈਂ ਸੱਤਿਆ ਰਤੂ ਬੋਲਦੀ ਆ ਜੀ ਜੀ, ਆ ਜਾਓ। ਹਾਲ ਦੇਖ ਲੈਣਾ ਤੇਰੀ ਸਾਲੂ ਫਟਿਆ ਫਟਿਆ ਰਹਿੰਦਾ, ਲੈ ਦੇਖ ਲੈਣਾ ਤੇਰੀ ਸਾਲੂ ਫਟਿਆ ਫਟਿਆ ਰਹਿ, ਲੈ ਦੇਖ ਲੈਣਾ ਤੇਰੀ ਵੀਰਾ ਤੇਰਾ ਲੜਿਆ ਲੜਿਆ ਰਹਿੰਦਾ, ਦੇਖ ਲੈਣਾ ਤੇਰੀ ਵੀਰਾ ਤੇਰਾ ਲੜਿਆ ਲੜਿਆ ਰਹਿੰਦਾ, ਜੇ ਮੈਂ ਕਹਿੰਦੀ ਲੌਂਗ ਕਰਾ ਦੇ ਮੇਰਾ ਨੱਕ ਵੱਢਣ ਨੂੰ ਪੈਂਦਾ, ਵੀਰਾ ਤੇਰਾ ਲੜਿਆ ਲੜਿਆ ਰਹਿੰਦਾ, ਲੈ ਦੇਖ ਲੈਣਾ ਨੀ ਸਾਲੂ ਫਟਿਆ ਫਟਿਆ ਰਹਿੰਦਾ, ਜੇ ਮੈਂ ਕਹਿੰਦੀ ਕੋਕਾ ਕਰਾ ਦੇ ਮੇਰਾ ਨੱਕ ਵੱਢਣ ਨੂੰ ਪੈਂਦਾ, ਲੈ ਦੇਖ ਲੈਣਾ ਨੀ ਵੀਰਾ ਤੇਰਾ ਆਪਾਂ ਹੁਣ ਏਦਾਂ ਕਰਨਾ ਬੀਬੀ ਜੀ, ਆਪਾਂ ਨਾ ਕਾਂਚੀ ਟੀਵੀ ਤੋਂ ਆਪਣੀ ਜਿਹੜੀ ਪੰਚਾਇਤ ਹੈ ਨਾ ਉਹ ਲੈ ਕੇ ਆਉਂਦੇ ਤੇ ਮਨਾਉਂਦੇ ਆ ਆਪਾਂ ਵੀਰੇ ਨੂੰ, ਫਿਰ ਵੀ ਬੀਬੀਆਂ ਜਿੱਤ ਜਾਣ। ਚਲੋ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਬੀਬੀ ਜੀ। ਸੱਤਿਆ ਰੱਤੂ ਜੀ ਸਾਡੇ ਬਲਵੰਟਨ ਤੋਂ, ਆਹਾ ਕਿਆ ਬਾਤ ਹੈ। ਸੋ ਬਹੁਤ ਹੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਕੋਲਰ ਆਏ ਔਰ ਆਪਣੇ ਵਿਚਾਰ ਦੇ ਕੇ ਗਏ, ਔਰ ਕਈ ਕੋਲਰ ਹਾਲੇ ਇੰਤਜ਼ਾਰ ਵੀ ਕਰ ਰਹੇ ਸਨ, ਮਗਰ ਆਪਣਾ ਜਿਹੜਾ ਟਾਈਮ ਹੈ, ਟਾਈਮ ਹੁਣ ਇਜਾਜ਼ਤ ਨਹੀਂ ਦਿੰਦਾ, ਇਸ ਕਰਕੇ ਅਸੀਂ ਹੁਣ ਹੋਰ ਕੋਈ ਕੋਲ ਨਹੀਂ ਲਵਾਂਗੇ। ਅਤੇ ਸਾਡੇ ਦਿਲੋਂ ਅਸੀਂ ਯਾਨੀ ਕਿ ਸੋਰੀ ਕਹਿੰਦੇ ਹਾਂ ਉਹਨਾਂ ਨੂੰ ਜਿਹੜੇ ਕਿ ਇੰਤਜ਼ਾਰ ਕਰ ਰਹੇ ਸਨ। ਸੋ ਅਖੀਰ ਦੇ ਵਿੱਚ ਤੁਸੀਂ ਕਹਿ ਸਭ ਕੁਛ ਕੋਕੇ ਹੋਰ ਕੋਈ ਵਿਚਾਰ ਤੁਹਾਡੇ? ਕੋਕਾ ਜੀ ਕੋਕਾ, ਹਾਏ ਕੋਕਾ, ਹਾਂ ਅੱਜ ਤੁਹਾਨੂੰ ਨੱਚ ਲਈ ਹੈ ਕੋਕਾ, ਓਏ ਹੋਏ ਠੀਕ ਹੈ, ਬਸ ਬਸ ਠੀਕ ਹੈ ਨਾ, ਬਹੁਤ ਹੈ ਬਾਜੀ ਵਾਹ, ਕਹਿ ਸਾਹਿਬ ਹੁਣੀ ਛਾ ਗਿਆ ਹੈ। ਚਲੋ ਜੀ, ਇਸ ਦੇ ਨਾਲ ਹੀ ਚਲੋ ਸਾਡੀ ਸਮਾਪਤੀ ਹੈ। ਅਖੀਰ ਦੇ ਵਿੱਚ ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਹਾਂ, ਅਗਲੇ ਹਫ਼ਤੇ ਤੱਕ ਅਸੀਂ ਤੇਰੇ ਸ਼ਹਿਰ ਨੂੰ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਹਾਂ, ਉਹ ਦੋਸਤਾਂ ਦੀ ਦੋਸਤੀ ਦੇ, ਦੋਸਤਾਂ ਦੀ ਦੋਸਤੀ ਦੇ ਨਾਮ ਕਰ ਚੱਲੇ ਹਾਂ, ਅਸੀਂ ਤੇਰੇ ਸ਼ਹਿਰ ਨੂੰ ਸਲਾਮ ਕਰ ਚੱਲੇ ਹਾਂ, ਸਲਾਮ ਕਰ ਚੱਲੇ ਹਾਂ। ਸੋ ਇਹਦੇ ਨਾਲ ਹੀ ਸਮਾਪਤੀ ਹੈ। ਅਗਲੇ ਹਫ਼ਤੇ ਇਸੇ ਹੀ ਤਰ੍ਹਾਂ ਫਿਰ ਕਿਸੇ ਵੱਖਰੇ ਵਿਸ਼ੇ ਦੇ ਨਾਲ ਅਸੀਂ ਤੁਹਾਡੇ ਰੂਬਰੂ ਹੋਵਾਂਗੇ। ਅਖੀਰ ਦੇ ਵਿੱਚ ਸਾਡੇ ਸਾਰਿਆਂ ਵੱਲੋਂ ਦੇਖਣ ਵਾਲੇ ਜਿੰਨੇ ਵੀ ਸਾਡੇ ਸਰੋਤੇ ਹਨ ਉਹਨਾਂ ਸਾਰਿਆਂ ਨੂੰ ਜੈ ਗੁਰੂ ਦੇਵ, ਧੰਨ ਕਰਦੇ, ਜੈ ਗੁਰੂ ਦੇਵ, ਧੰਨ ਕਰਦੇ, ਜੈ ਗੁਰੂ ਦੇਵ।